ਚੱਲ ਪ੍ਰਦੇਸੀ ਰੇਡੀਓ ਸੁਣਦੇ ਸੱਜਣੋ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸੋ ਅਸੀਂ ਤੁਹਾਡੇ ਨਾਲ ਜੁੜੇ ਹਾਂ ਖਬਰਸਾਰ ਦੀ ਸਾਂਝ ਪਾਉਣ ਦੇ ਵਾਸਤੇ, ਕੀ ਕੁਛ ਵਾਪਰ ਰਿਹਾ ਅਤੇ ਕੀ ਕੁਛ ਹੋਰ ਵਾਪਰ ਸਕਦਾ, ਕੀ ਵਰਤਾ ਰਹੇ ਨੇ ਅਤੇ ਕੀ ਹੋਰ ਹੋਣਾ। ਗੱਲ ਕਰਦੇ ਹਾਂ ਨਵਜੀਤ ਹੋਰਾਂ। ਨਵਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਸੁਨੇਹ ਜੀ, ਸਤਿ ਸ਼੍ਰੀ ਅਕਾਲ ਜੀ। ਰੇਡੀਓ ਚੈਨਲ ਪ੍ਰਤੀਸ਼ਠਾ ਦੇ ਸਾਰੇ ਸਤਿਕਾਰਕ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ, ਮਿਹਰਬਾਨੀ। ਅਤੇ ਦੱਸਿਓ ਜੀ, ਸਭ ਤੋਂ ਪਹਿਲਾਂ ਕਿੱਥੋਂ ਗੱਲ ਸ਼ੁਰੂ ਹੋਵੇ? ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਇਹਨਾਂ ਦੇ ਖਿਲਾਫ਼ ਵਿਜੀਲੈਂਸ ਇਜਾਜ਼ਤ ਮੰਗ ਰਹੀ ਹੈ ਜੀ। ਬਿਲਕੁਲ ਸੁਨੇਹ ਜੀ, ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਇੱਕ ਇੱਕ ਕਰਕੇ ਕਈ ਪੁਰਾਣੇ ਲੀਡਰਾਂ ਦੀ ਵਾਰੀ ਆ ਰਹੀ ਹੈ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉਹਨਾਂ ਦੇ ਵਿੱਚੋਂ ਇੱਕ ਲੀਡਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਤੋਂ ਹੁਣ ਜਿਹੜੀ ਪੁੱਛਗਿੱਛ ਲਈ ਵਿਜੀਲੈਂਸ ਨੇ ਪ੍ਰਵਾਨਗੀ ਲੈਣੀ ਹੈ, ਉਹ ਸਰਕਾਰ ਤੋਂ ਲੈਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਜਦੋਂ ਕੋਈ ਵੱਡੇ ਅਹੁਦੇ ਤੋਂ ਰਹਿ ਕੇ ਗਿਆ ਹੋਵੇ ਜਾਂ ਪੰਜਾਬ ਦੇ ਮੁੱਖ ਮੰਤਰੀ ਹੋਣ, ਚਾਹੇ ਕੈਬਨਿਟ ਦੇ ਵਿੱਚ ਤਾਂ ਚਲੋ ਬਹੁਤੀ ਨਹੀਂ ਲੈਣੀ ਪੈਂਦੀ ਇਜਾਜ਼ਤ, ਪਰ ਮੁੱਖ ਮੰਤਰੀ ਹੋਣ ਤਾਂ ਉਹਦੀ ਇਜਾਜ਼ਤ ਲੈਣੀ ਪੈਂਦੀ ਹੈ, ਤੇ ਉਹ ਸਾਰੀ ਕਾਰਵਾਈ ਸਰਕਾਰ ਨੇ ਕਹਿੰਦੇ ਆ ਪੂਰੀ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਪ੍ਰਵਾਨਗੀ ਵੀ ਦੇ ਦਿੱਤੀ ਹੈ, ਇਹ ਕਹਿ ਕੇ ਕਿ ਜੋ ਕੁਛ ਵੀ ਹੋਇਆ ਉਹ ਸਾਰਾ ਕੁਛ ਲੋਕਾਂ ਦੇ ਮੂਹਰੇ ਆਉਣਾ ਚਾਹੀਦਾ। ਸੁਖਨੈਬ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਜਿਸ ਹਿਸਾਬ ਦੇ ਨਾਲ ਪੰਜਾਬ ਨੂੰ ਲੁੱਟਣ ਤੇ ਵਿੱਚ ਕੋਈ ਕਸਰ ਕਈ ਸਿਆਸਤਦਾਨਾਂ ਨੇ ਨਹੀਂ ਛੱਡੀ, ਮੈਂ ਨਹੀਂ ਕਹਿੰਦਾ ਕਿ ਇਕੱਲੇ ਚਰਨਜੀਤ ਸਿੰਘ ਚੰਨੀ ਨੇ, ਉਸ ਲਿਸਟ ਦੇ ਵਿੱਚ ਪੰਜਾਬ ਦੇ ਕਈ ਸਿਆਸਤਦਾਨਾਂ ਦੇ ਨਾਮ ਆਉਂਦੇ ਨੇ। ਚੰਨੀ ਸਾਹਿਬ ਦਾ ਨਾਮ ਜਿਹੜਾ ਉਹਦੇ ਵਿੱਚ ਮੂਲੀਆ ਕਤਾਰਾਂ ਦੇ ਵਿੱਚ ਆ ਜਾਂਦਾ। ਹੁਣ ਇੱਕ ਚੀਜ਼ ਦੇਖੋ, ਜਿਸ ਹਿਸਾਬ ਦੇ ਨਾਲ ਇੱਕ ਰੌਲਾ ਪਹਿਲਾਂ ਬਹੁਤ ਚੱਲਿਆ ਸੀਗਾ, ਉਹ ਰੌਲਾ ਸੀ ਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀ ਤਾਂ ਇਹਨਾਂ ਦੇ ਭਤੀਜੇ ਜਾਂ ਭਾਂਜਾ ਕਹਿ ਲਈਏ ਹਨੀ, ਉਹਨੇ ਬਹੁਤ ਕੁਛ ਕਸਰਾਂ ਕੱਢੀਆਂ, ਨੋਟ ਛਾਪਣ ਦੇ ਵਿੱਚ ਕਹਿ ਲਓ, ਸੁਰੱਖਿਆ ਦੇ ਮਾਮਲੇ ਦੇ ਵਿੱਚ ਕਹਿ ਲਓ, ਜਾਂ ਇਹ ਕਹਿ ਲਓ ਕਿ ਜਿੱਥੇ ਵੀ ਲੱਗਦਾ ਸੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹ ਰੋਕਣ ਦੀ ਬਜਾਏ ਕਿਤੇ ਨਾ ਕਿਤੇ ਬੜਾਵਾ ਦਿੱਤਾ ਗਿਆ। ਤੇ ਚਰਨਜੀਤ ਸਿੰਘ ਚੰਨੀ ਉਸ ਮਾਮਲੇ ਦੇ ਵਿੱਚ ਹੁਣ ਬਿਲਕੁਲ ਫਸ ਚੁੱਕੇ ਨੇ। ਦੂਜੀ ਚੀਜ਼ ਦੇਖੋ, ਇਜਾਜ਼ਤ ਤਾਂ ਮੰਗ ਲਈ ਹੈ, ਪਰ ਮੈਂ ਚੰਨੀ ਸਾਹਿਬ ਦੇ ਜੇਕਰ ਗੱਲ ਕਰਾਂ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਜਦੋਂ ਕੋਈ ਮੁੱਦਾ ਚੁੱਕਿਆ ਸੀ ਰਾਘਵ ਚੱਡਾ ਦੇ ਵਿਆਹ ਦਾ, ਉਹਨਾਂ ਨੇ ਇੱਕ ਸਟੇਜ ਤੋਂ ਮੁੱਖ ਤੌਰ ਤੇ ਜਿਹੜੀ ਗੱਲ ਕਹੀ ਉਹਦੇ ਵੱਲ ਤਾਂ ਕਿਸੇ ਨੇ ਧਿਆਨ ਨਹੀਂ ਦਿੱਤਾ। ਚੰਨੀ ਸਾਹਿਬ ਕਹਿੰਦੇ ਮੇਰੇ ਸਪੁੱਤਰ ਦਾ ਵਿਆਹ ਹੋਇਆ ਗੁਰਦੁਆਰਾ ਸਾਹਿਬ ਵਿੱਚ ਤੇ ਅੱਜ ਤੱਕ ਤੁਸੀਂ ਗੋਭੀ ਵਾਲੇ ਪਕੌੜੇ ਫਰੋਲੀ ਜਾ ਰਹੇ ਹੋ, ਜਿਹਦਾ ਵਿਆਹ ਜਾ ਕੇ ਕਿਲੇ ਦੇ ਵਿੱਚ ਹੋਇਆ ਰਾਜਸਥਾਨ ਚ ਹੋਇਆ, ਜਿੱਥੇ 500 ਗੱਡੀਆਂ ਸਿਰਫ ਸੁਰੱਖਿਆ ਲਈ ਭੇਜੀਆਂ ਗਈਆਂ, ਜਿੱਥੇ ਇੱਕ ਬਰਾਤੀ ਦੇ ਤੇ ਇੱਕ ਵਿਆਹ ਦੇ ਮਹਿਮਾਨ ਦੇ ਰਹਿਣ ਦੇ ਲਈ ਇੱਕ ਤੋਂ ਲੈ ਕੇ 10 ਲੱਖ ਰੁਪਏ ਦਾ ਖਰਚਾ ਆਇਆ, ਜਿਹੜੇ ਜਹਾਜ਼ ਹੈਲੀਕਾਪਟਰ ਬੁੱਕ ਕੀਤੇ ਗਏ ਖਰਚਾ ਪੰਜਾਬ ਦੇ ਪੱਲਿਓਂ ਗਿਆ, ਉਹਦੇ ਬਾਰੇ ਕਿਉਂ ਨੀ ਤੁਸੀਂ ਕਹਿੰਦੇ ਜ਼ਿਕਰ ਕਰਦੇ ਪਏ, ਉਹਦੇ ਬਾਰੇ ਕਿਉਂ ਨੀ ਬੋਲਦੇ ਪਏ? ਚੰਨੀ ਸਾਹਿਬ ਦਾ ਇਹ ਸਵਾਲ, ਚੰਨੀ ਸਾਹਿਬ ਦੇ ਇਹ ਸਾਰੇ ਸਵਾਲ ਵਾਜਬ ਹੋ ਸਕਦੇ ਨੇ, ਪਰ ਸੁਖਨੈਬ ਜੀ ਜਦੋਂ ਸੱਤਾ ਦੇ ਵਿੱਚ ਕੋਈ ਹੁੰਦੀ ਹੈ ਨਾ ਪਾਰਟੀ ਜਾਂ ਸਿਆਸਤਦਾਨ, ਉਸ ਵੇਲੇ ਫੇਰ ਪੁੱਛਦੇ ਨੀ ਇਹਨਾਂ ਗੱਲਾਂ ਨੂੰ। ਹੁਣ ਜਦੋਂ ਚੰਨੀ ਸਾਹਿਬ ਦੇ ਕੋਲ ਮਹਿਕਮਾ ਸੀਗਾ ਸੈਰ ਸਪਾਟੇ ਦਾ, ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਵਿਆਰਤ ਵਿੱਚ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਸੀ ਚੰਨੀ ਸਾਹਿਬ ਉਸ ਵੇਲੇ ਜੀ। ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਇਹ ਵਿਭਾਗ ਇਹਨਾਂ ਨੇ ਆਪਣੇ ਕੋਲ ਹੀ ਰੱਖਿਆ, ਕਿਉਂਕਿ ਸੈਰ ਸਪਾਟੇ ਦੇ ਵਿੱਚ ਬਹੁਤ ਕੁਛ ਆ ਜਾਂਦਾ, ਹੁਣ ਵੀ ਆਉਂਦਾ ਪਿਆ, ਦੋਸ਼ ਲੱਗਦੇ ਹੁਣ ਵੀ, ਪਰ ਕਿਸੇ ਨੇ ਕੋਸ਼ਿਸ਼ ਹੀ ਨੀ ਕੀਤੀ ਲੱਭ ਲਈਏ। ਸਰਕਾਰ ਬਦਲੇਗੀ, ਨਵੀਂ ਸਰਕਾਰ ਆਏਗੀ ਤਾਂ ਉਹਨੇ ਕਹਿਣਾ ਅਸੀਂ ਕਾਰਵਾਈ ਕਰਾਂਗੇ, ਰੰਜਿਸ਼ਾਂ ਫਿਰ ਪਤਾ ਲੱਗਣਗੀਆਂ ਅਗਲੇ ਕਹਿਣਗੇ। ਸੈਰ ਸਪਾਟਾ ਵਿਭਾਗ ਦੀ ਮਾਲਕੀ ਵਾਲੀ ਜ਼ਮੀਨ ਇੱਕ ਰਿਜ਼ੋਰਟ ਦੇ ਮਾਲਕ ਨੂੰ ਸਸਤੇ ਪਟੇ ਉੱਤੇ ਦੇਣ ਦਾ ਦੋਸ਼ ਚੰਨੀ ਸਾਹਿਬ ਦੇ ਉੱਪਰ ਲੱਗਿਆ, ਇਹ ਜ਼ਮੀਨ ਜਿਹੜੀ ਹੈ ਗੋਆ ਚ। ਹੁਣ ਗੋਆ ਦੇ ਵਿੱਚ ਪੰਜਾਬ ਸਰਕਾਰ ਦੀ ਜ਼ਮੀਨ ਹੈ ਜਿਹਨੂੰ ਲੈ ਕੇ ਅਸਲ ਦੇ ਵਿੱਚ ਮਾਮਲਾ ਸ਼ੁਰੂ ਹੋਇਆ, ਹੁਣ ਉਸ ਜ਼ਮੀਨ ਦੇ ਸਸਤੇ ਭਾਅ ਦੇਣ ਦੇ ਕਰਕੇ ਲੀਜ਼ ਤੇ ਜਿਹੜੀ ਦਿੱਤੀ ਗਈ ਸਸਤੇ ਭਾਅ ਦੇ ਦਿੱਤੀ ਗਈ, ਜਿਹਦੇ ਕਰਕੇ ਚੰਨੀ ਸਾਹਿਬ ਦੀਆਂ ਮੁਸ਼ਕਲਾਂ ਵੱਧਦੀਆਂ ਨੇ। ਸਾਬਕਾ ਮੁੱਖ ਮੰਤਰੀ ਦੇ ਖਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ਦੀ ਜਾਂਚ ਵੀ ਚੱਲ ਰਹੀ ਹੈ। ਵਿਜੀਲੈਂਸ ਨੇ ਗੋਆ ਜ਼ਮੀਨ ਲੀਜ਼ ਮਾਮਲੇ ਵਿੱਚ ਵੀ ਪੁਖਤਾ ਤੱਥ ਹਾਸਲ ਕੀਤੇ ਆ, ਪਤਾ ਤਾਂ ਇਹ ਵੀ ਲੱਗਿਆ
ਕਿ ਮੁੱਖ ਮੰਤਰੀ ਸਾਹਿਬ ਨਾਲ ਕੰਮ ਕਰਨ ਵਾਲੇ IAS ਅਧਿਕਾਰੀਆਂ ਖਿਲਾਫ ਵੀ ਜਾਂਚ ਕੀਤੀ ਜਾ ਰਹੀ ਹੈ। ਜੀ ਇਹ ਹੁਣ ਜਿਹੜੇ 3 ਕੇਸ ਤਰ੍ਹਾਂ ਤਰ੍ਹਾਂ ਦੇ ਬਣਾ ਕੇ ਪੇਸ਼ ਕੀਤੇ ਜਾ ਰਹੇ ਨੇ, ਅਸੀਂ ਨਹੀਂ ਕਹਿੰਦੇ ਕਿ ਸੱਚੇ, ਅਸੀਂ ਨਹੀਂ ਕਹਿੰਦੇ ਝੂਠੇ, ਇਹ ਜਾਂਚ ਏਜੰਸੀਆਂ ਦੱਸਣਗੀਆਂ, ਜੀ ਇਹ ਸਰਕਾਰ ਦੱਸੇਗੀ ਕਿ ਸੱਚ ਕੀ ਹੈ ਕਿ ਨਹੀਂ। ਪਰ ਇੰਨਾ ਜ਼ਰੂਰ ਹੈ, ਇਹ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਤੋਂ ਕੁਛ ਸਵਾਲ ਪੁੱਛੇ। ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ, 100 ਸਵਾਲ ਸੀਗੇ ਤੇ 100 ਦੇ ਵਿੱਚੋਂ ਕਹਿ ਰਹੇ ਸੀ ਤਫਤੀਸ਼ ਕਰਨ ਵਾਲੇ ਕਿ ਅਸੀਂ ਬਿਲਕੁਲ ਵੀ ਸੰਤੁਸ਼ਟ ਨਹੀਂ, ਸਾਨੂੰ ਸੈਟੀਸਫੈਕਸ਼ਨ ਨਹੀਂ ਹੋਈ, ਫਿਰ ਅਗਲੀ ਵਾਰੀ ਸੱਦਿਆ ਸੀਗਾ। ਹੁਣ ਤਫਤੀਸ਼ ਦੇ ਦੌਰਾਨ ਚੰਨੀ ਸਾਹਿਬ ਨੂੰ ਕਾਂਗਰਸ ਸਰਕਾਰ ਸਮੇਂ ਰੇਤ ਮਾਫੀਆ ਨਾਲ ਸੰਬੰਧ, ਨਜਾਇਜ਼ ਕਲੋਨੀਆਂ ਕੱਟਣ, ਸਰਕਾਰੀ ਗ੍ਰਾਂਟਾਂ ਦੇ ਵਿੱਚ ਬੇਨਿਜ਼ਮੀਆਂ, ਸਾਲੀ ਦੇ ਮੁੰਡੇ ਤੋਂ ED ਵੱਲੋਂ 10 ਕਰੋੜ ਰੁਪਏ ਦੀ ਰਕਮ ਬਰਾਮਦ ਹੋਣ ਤੇ, ਵਿਦੇਸ਼ ਦੌਰੇ ਸਮੇਂ ਕੀਤੇ ਗਏ ਖਰਚ, ਦੇਸ਼ ਵਿਦੇਸ਼ ਵਿੱਚ ਕੀਤਾ ਗਿਆ ਨਿਵੇਸ਼, ਗੋਆ ਵਿੱਚ ਰਿਜ਼ੋਰਟ ਲੀਜ਼ ਤੇ ਦੇਣ ਦਾ ਮਾਮਲਾ, ਇਹ ਸਾਰੇ ਮਾਮਲੇ ਨੇ ਜਿਹੜੇ ਸੱਭਿਆਚਾਰਕ ਮਾਮਲੇ ਤੇ ਪ੍ਰਾਹੁਣਾਚਾਰੀ ਵਿਭਾਗ ਵਿੱਚ ਹੋਈਆਂ ਬੇਨਿਜ਼ਮੀਆਂ ਨਾਲ ਵੀ ਜੁੜਦੇ ਜਾ ਰਹੇ ਨੇ। ਚੰਨੀ ਸਾਹਿਬ ਐਸੇ ਕੋਈ ਇਹ ਨਹੀਂ ਗਾ ਕਿ ਪਹਿਲੇ ਮੁੱਖ ਮੰਤਰੀ ਰਹੇ ਜਿਹੜੇ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ। ਸਨੈਪ ਜੀ, ਪੰਜਾਬ ਦੇ ਵਿੱਚ 4 ਮੁੱਖ ਮੰਤਰੀ ਰਹਿ ਚੁੱਕੇ ਨੇ ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਹੋਈ ਹੈ। ਜਿਹੜੇ ਕਦੀ ਅਮਰੀਕਾ ਦੇ ਵਿੱਚ ਦਾੜ੍ਹ ਦਾ ਇਲਾਜ ਕਰਾਉਣ ਵੀ ਜਾਂਦੇ ਸੀ, ਉਹਨਾਂ ਦੇ ਖਿਲਾਫ਼ ਵੀ ਜਾਂਚ ਹੋ ਚੁੱਕੀ ਹੈ। ਰਜਿੰਦਰ ਕੌਰ ਪੱਠਲ ਵਿਜੀਲੈਂਸ ਦੀਆਂ ਪੜਤਾਲਾਂ ਦੇ ਸਾਹਮਣੇ ਕਰ ਚੁੱਕੇ ਨੇ, ਕੈਪਟਨ ਅਮਰਿੰਦਰ ਸਿੰਘ ਇਸ ਜਾਂਚ ਚੋਂ ਗੁਜ਼ਰ ਚੁੱਕੇ ਨੇ, ਸਾਬਕਾ ਮੁੱਖ ਮੰਤਰੀ ਇਸ ਦੁਨੀਆਂ ਤੇ ਤਾਂ ਨਹੀਂ, ਚਲੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਇਸ ਸਾਰੇ ਵਿਜੀਲੈਂਸ ਦੀ ਜਾਂਚ ਵਿੱਚੋਂ ਗੁਜ਼ਰ ਕੇ ਗਏ ਨੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਸੀ ਉਸ ਵੇਲੇ ਚਰਚਾ ਬਹੁਤ ਚੱਲੀ ਕਿ ਵਿਜੀਲੈਂਸ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਕਿ ਨਹੀਂ ਇਹ ਨਹੀਂ ਅਸੀਂ ਕਹਿੰਦੇ, ਪਰ ਇੰਨਾ ਜ਼ਰੂਰ ਹੈ ਮੁਸ਼ਕਿਲਾਂ ਇਸ ਵੇਲੇ ਚਰਨਜੀਤ ਸਿੰਘ ਚੰਨੀ ਦੀਆਂ ਵਧਦੀਆਂ ਦਿਖਾਈ ਦੇ ਰਹੀਆਂ ਨੇ। ਪਰ ਚੰਨੀ ਸਾਹਿਬ ਨੇ ਜਿਹੜੇ ਸਵਾਲ ਪੁੱਛੇ ਨੇ ਕਿ ਉਹਦਾ ਕੋਈ ਜਵਾਬ ਦੇਵੇਗਾ ਕਿ ਨਹੀਂ ਦੇਵੇਗਾ, ਇਹ ਸਭ ਤੋਂ ਵੱਡੀ ਗੱਲ ਹੈ ਜੀ। ਇਹੀ ਤਾਂ ਸਵਾਲ ਹੈ ਜੀ। ਤੇ ਬਿਲਕੁਲ ਅਗਲੀ ਗੱਲ ਫਿਰ ਇਦੋਂ ਅੱਗੇ ਕਰੀਏ ਕਿ ਹਜੇ ਇਹਦੇ ਚ ਹੋਰ ਵੀ ਕੁਛ ਨਿਕਲਦਾ ਜੀ? ਨਹੀਂ ਸੁਖਨੈਪ ਜੀ, ਇਹਦੇ ਵਿੱਚੋਂ ਹੁਣ ਨਿਕਲਣਾ ਕੀ ਹੈ, ਮੈਨੂੰ ਮੈਂ ਸੋਚਦਾ ਪਿਆ ਸੀਗਾ ਕਿ ਜਿਸ ਹਿਸਾਬ ਦੇ ਨਾਲ ਇਸ ਵੇਲੇ ਇਹਨਾਂ ਨੇ ਕਾਰਵਾਈ ਅੱਗੇ ਵੱਲ ਤੋਰ ਲਈ ਹੈ, ਕਾਂਗਰਸ ਦੇ ਕਈ ਲੀਡਰ ਨੇ ਇੱਕ ਇੱਕ ਕਰਕੇ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਜਾਂ ਪੁੱਛ ਪੜਤਾਲ ਕੀਤੀ ਹੈ, ਹੁਣ ਉਹਦੇ ਵਿੱਚੋਂ ਸਾਧੂ ਸਿੰਘ ਧਰਮਸੋਤ ਉਹਨਾਂ ਦਾ ਕੇਸ ਵੀ ਤਾਂ ਦੁਬਾਰਾ ਖੋਲ ਹੀ ਦਿੱਤਾ, 26 ਕਰੋੜ ਰੁਪਏ ਦੀ ਗੱਲ ਕਰਦੇ ਕਰਦੇ 60 ਕਰੋੜ ਰੁਪਏ ਤੱਕ ਗੱਲ ਜਾਂਦੀ ਹੈ। ਗ੍ਰਿਫਤਾਰੀ ਹੋਣੀ ਜਾਂ ਨਹੀਂ ਹੋਣੀ ਅਸੀਂ ਕਹਿ ਸਕਦੇ, ਪਰ ਇੰਨਾ ਜ਼ਰੂਰ ਹੈ ਕੇਸ ਉਹ ਵੀ ਖੁੱਲਦਾ ਨਜ਼ਰ ਆ ਰਿਹਾ, ਤੇ ਜੇਕਰ ਸਨੈਪ ਜੀ ਇੱਕ ਇੱਕ ਕਰਕੇ ਕੇਸ ਖੁੱਲਣ ਤਾਂ ਤੁਸੀਂ ਮੰਨ ਕੇ ਚੱਲੋ ਆਉਂਦੇ ਦਿਨਾਂ ਨੂੰ 2024 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਹੋਰ ਕਾਂਗਰਸੀ ਹੈ ਜਿਨ੍ਹਾਂ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਨਾਲ ਦੀ ਨਾਲ IAS ਅਫਸਰ ਉਹਨਾਂ ਦੇ ਉੱਪਰ ਵੀ ਗਾਸ ਦਿੱਤ ਸਕਦੀ ਹੈ। 4 IAS ਅਫਸਰਾਂ ਦਾ ਨਾਮ ਆ ਰਿਹਾ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦ ਨੇ, ਇੱਕ ਬੀਬਾ ਜੀ ਵੀ ਹੈ, ਤੇ ਜਿਹੜੀ ਬੀਬੀ ਹੈ ਕਹਿ ਰਹੇ ਹੈ ਕਿ ਉਹਨਾਂ ਨੇ ਆਪਣੀ ਇੱਕ ਚਹੇਤੀ ਨੂੰ ਵਧੀਆ ਵਧੀਆ ਨੌਕਰੀਆਂ ਦਿੱਤੀਆਂ, ਜਿੱਥੇ ਵੀ ਲੈ ਕੇ ਗਏ ਡੈਪੂਟੇਸ਼ਨ ਤੇ ਭੇਜ ਦਿੱਤਾ ਤੇ ਚੋਖੀਆਂ ਤਨਖਾਹਾਂ ਵੀ ਦਿੱਤੀਆਂ, ਇੰਨੀ ਯੋਗਤਾ ਨਹੀਂ ਸੀ ਜਿੰਨਾ ਉਹਨਾਂ ਨੂੰ ਕੰਮ ਦੇ ਦਿੱਤਾ, ਇਸ ਆਸ਼ੀਰਵਾਦ ਤਾਂ ਹੁੰਦਾ ਹੀ ਹੈ, ਤੋ ਦੇਖਦੇ ਗੱਲ ਕਿੱਧਰ ਨੂੰ ਜਾਂਦੀ ਹੈ ਜੀ। ਇਹੀ ਗੱਲ ਹੈ ਜੀ। ਤੇ SYL ਦੇ ਮਾਮਲੇ ਦੇ ਉੱਤੇ ਚੀਮਾ ਸਾਹਿਬ ਕੀ ਕਹਿੰਦੇ ਆ ਜੀ? ਜੀ SYL ਦਾ ਮਾਮਲਾ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਭਖਦਾ ਜਾ ਰਿਹਾ ਜੀ, ਹੈਲੋ ਜੀ ਕਹਿੰਦੀਆਂ ਨੇ, ਪਹਿਲੀ ਗੱਲ ਤਾਂ ਉਦੋਂ ਹੀ ਇਹ ਮਸਲਾ ਯਾਦ ਹੁੰਦਾ, ਊਂ ਕਿਸੇ ਨੂੰ ਅਜੇ ਤੱਕ ਚੇਤਾ ਆਇਆ ਕਿ SYL ਦਾ ਮਸਲਾ ਵੀ ਹੈਗਾ ਕੋਈ? ਦੇਖੋ ਪ੍ਰੈਸ ਕਾਨਫਰੰਸ ਇੱਕ ਪਾਸੇ ਮਲਵਿੰਦਰ ਸਿੰਘ ਕੰਮ ਕਰਦੇ ਨੇ, ਕੱਲ ਵੀ ਕੀਤੀ ਅੱਜ ਵੀ ਕੀਤੀ, ਕਾਂਗਰਸ ਸਾਹਿਬ ਨੇ ਦੋਸ਼ ਲਾਤੇ ਸ਼੍ਰੋਮਣੀ ਅਕਾਲੀ ਦਲ ਤੇ, ਜਿਹੜੇ ਦੋਸ਼ ਹੈ ਉਹਨਾਂ ਦੇ ਵਿੱਚੋਂ ਦੇਖੋ ਮਲਵਿੰਦਰ ਸਿੰਘ ਕੰਗ ਤਾਂ ਬੁਲਾਰਾ ਹੈ, ਜਦੋਂ ਮਰਜ਼ੀ ਕਹਿ ਦੋ, ਮਾੜਾ ਜਿਹਾ ਵੀ ਮੁੱਦਾ ਲੱਗਿਆ ਫੋਨ ਮਾਰਨਾ ਉੱਪਰ ਤੇ ਚੱਕ ਕੇ ਪ੍ਰੈਸ ਕਾਨਫਰੰਸ ਕਰ ਦੇਣੀ, 3 ਜਣਿਆਂ ਨੇ ਬੈਠਣਾ, ਉਹ ਤੇ ਕਿਹੜੀ ਵੱਡੀ ਗੱਲ ਹੈ? ਮੁੱਦੇ ਕਿਸੇ ਵੇਲੇ ਇਦਾਂ ਦੇ ਵੀ ਹੁੰਦੇ, ਕਈ ਵੇਲੇ ਪਤਾ ਵੀ ਨਹੀਂ ਹੁੰਦੇ, ਚਲੋ ਉਹ ਵੱਖਰੀ ਗੱਲ ਹੈ। ਪਰ ਇਸ ਵੇਲੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਕੰਗ ਸਾਹਿਬ ਨੇ ਸਥਿਤੀ ਦੀ ਵਿਡੰਬਣਾ ਵੱਲ ਇਸ਼ਾਰਾ ਕੀਤਾ, ਕਹਿੰਦੇ 20 ਫਰਵਰੀ 1978 ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜ਼ਮੀਨ ਐਕਵਾਇਰ ਬਿੱਲ ਦੀ ਧਾਰਾ 4 ਤਹਿਤ SYL ਜ਼ਮੀਨ ਐਕਵਾਇਰ ਕਰਨ ਲਈ ਨੋਟੀਫਾਈ ਕੀਤਾ ਸੀ, ਤੇ ਉਸ ਵੇਲੇ ਦੇ ਹਰਿਆਣੇ ਦੇ ਉਹਨਾਂ ਦੇ ਹਮਰੁਤਵਾ ਮੁੱਖ ਮੰਤਰੀ ਉੱਥੋਂ ਦੇ ਚੌਧਰੀ ਦੇਵੀ ਲਾਲ ਨੇ ਉਹਨਾਂ ਦੇ ਨਾਲ ਦੋਸਤੀ ਦੇ ਗੁਣਗਾਨ ਕੀਤੇ। ਬਾਦਲ ਸਾਹਿਬ ਨੇ ਕਿਹਾ ਕਿ ਉਸ ਦੋਸਤੀ ਦੀ ਬਦੌਲਤ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਮੀਨ ਐਕਵਾਇਰ ਕਰਨ ਲਈ ਮਨਾ ਲਿਆ ਗਿਆ, ਤੇ ਕੰਗ ਸਾਹਿਬ ਨੇ ਇਹ ਵੀ ਗੱਲ ਕਹਿਤੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਰਿਕਾਰਡ ਵਿੱਚ ਹੈ ਤੇ ਦੇਵੀ ਲਾਲ ਹੋਰਾਂ ਦਾ ਭਾਸ਼ਣ ਹਰਿਆਣਾ ਵਿਧਾਨ ਸਭਾ ਦੀ ਕਾਰਵਾਈ ਦੇ ਰਿਕਾਰਡ ਵਿੱਚ ਹੈ, ਤੁਸੀਂ ਜਦੋਂ ਮਰਜ਼ੀ ਕਢਾ ਲਿਓ। ਕਹਿੰਦੇ ਦੂਜੀ ਚੀਜ਼, ਕੰਗ ਸਾਹਿਬ ਅੱਗੇ ਕਹਿੰਦੇ ਹਰ ਕੋਈ ਜਾਣਦਾ ਕਿ ਬਾਦਲ ਪਰਿਵਾਰ ਨੇ ਨਿੱਜੀ ਲਾਭ ਲੈਣ ਦੇ ਲਈ ਇਹ ਸਭ ਕੁਝ ਕੀਤਾ ਸੀਗਾ, ਕਿਉਂਕਿ ਬਾਲਾਸਰ ਫਾਰਮ ਹਾਊਸ ਅਤੇ ਗੁੜਗਾਉਂ 5-star ਹੋਟਲ ਉਸੇ ਸੌਦੇ ਦਾ ਨਤੀਜਾ ਰਹੇ ਨੇ, ਤੇ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਉਂਦੇ ਹੋਏ ਤੁਸੀਂ
ਉਸ ਹੋਟਲ ਦੇ ਗੜਗਾਉਂ ਵਾਲੇ 5 ਸਟਾਰ ਦੇ ਕਾਗਜ਼ ਵੀ ਲੈ ਆਉਂਦੇ ਹੋ, ਨਾਲ ਲਿਆਇਓ। ਹੁਣ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਹਾਲਾਤ ਤੇ ਹੱਕਾਂ ਤੋਂ ਭਲੀ ਭਾਂਤ ਜਾਣੂ ਸੀਗੇ, ਇਹ ਸਭ ਨੂੰ ਪਤਾ। ਅਕਾਲੀ ਦਲ ਜੀ ਨੇ 1972 ਦਾ ਆਨੰਦਪੁਰ ਸਾਹਿਬ ਦਾ ਪ੍ਰਸਤਾਵ ਪਾਸ ਕੀਤਾ ਜੋ ਆਨੰਦਪੁਰ ਦਾ ਮਤਾ ਵਜੋਂ ਜਾਣਿਆ ਜਾਂਦਾ ਹੈ। ਪਰ ਵਾਰ ਵਾਰ ਬਾਦਲ ਪਰਿਵਾਰ ਪੰਜਾਬ ਅਤੇ ਇਸ ਦੇ ਹੱਕਾਂ ਦੀ ਕੀਮਤ ਤੇ ਆਪਣੇ ਨਿੱਜੀ ਹਿੱਤਾਂ ਦਾ ਪ੍ਰਚਾਰ ਵੀ ਕਰਦਾ ਹੈ। ਇਹ ਕਾਂਗਰਸ ਸਾਹਿਬ ਨੇ ਦੋਸ਼ ਲਾਏ, ਪਰ ਅੱਗਿਓਂ ਅੱਜ ਪ੍ਰੈਸ ਕਾਨਫਰੰਸ ਕਰ ਦਿੱਤੀ ਹਰਪਾਲ ਸਿੰਘ ਚੀਮਾ ਨੇ। ਜੀ ਚੀਮਾ ਸਾਹਿਬ ਕਹਿੰਦੇ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗੇ ਹੋ, ਬਾਦਲ ਸਾਹਿਬ ਦੀਆਂ ਰੀਸਾਂ ਨਾ ਤੁਹਾਡੇ ਕੋਲ ਹੋਣੀਆਂ, ਨਾ ਹੀ ਕਰੋ, ਛੱਡ ਦਿਓ ਸਾਰਾ ਕੁਝ। ਬਾਦਲ ਸਾਹਿਬ ਨੇ ਸਾਰੀ ਉਮਰ ਪਾਣੀਆਂ ਨਾਲ ਲੜਾਈ ਲੜੀ, ਕਹਿੰਦੇ ਮੈਨੀਫੈਸਟੋ ਦਿਖਾਇਆ 1977 ਦਾ ਚੀਮਾ ਸਾਹਿਬ ਨੇ, ਜਿਹਦੇ ਵਿੱਚ ਇੰਦਰਾ ਗਾਂਧੀ ਨੂੰ ਸਮਝੌਤਾ ਕੀਤਾ ਤੇ ਅਸੀਂ ਕਹਿੰਦੇ ਸੀ ਇਹਨੂੰ ਰੱਦ ਕਰਾਂਗੇ। ਕਹਿੰਦੇ ਇਹ ਤੋਂ ਵੱਡੀ ਲੜਾਈ ਹੋਰ ਪੰਜਾਬ ਦੇ ਵਿੱਚ ਕਿਹੜੀ ਹੋ ਸਕਦੀ, ਅਕਾਲੀ ਦਲ ਵੱਲੋਂ ਲੜੀ ਹੋਈ। ਫਿਰ ਇੱਕ ਹੋਰ ਗੱਲ ਕਹੀ, ਕਹਿੰਦੇ ਜਦੋਂ ਮੁਰਾਰਜੀ ਦਸਾਈ ਦੀ ਸਰਕਾਰ ਸੀ ਤਾਂ ਉਸ ਵੇਲੇ ਵੀ ਦੇਸ਼ ਦੇ ਵਿੱਚ ਬਾਦਲ ਸਾਹਿਬ ਉਸ ਵੇਲੇ ਮੁੱਖ ਮੰਤਰੀ ਬਣੇ ਸੀ ਸੂਬੇ 'ਚ, ਤਾਂ ਉਸ ਸਮੇਂ ਬਾਦਲ ਸਾਹਿਬ ਨੇ ਕਿਹਾ ਸੀ ਕਿ ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਸ ਵੇਲੇ ਵੀ ਕਹਿੰਦੇ ਮੰਗ ਕਿ ਰੱਖੀ ਸੀ, ਪੰਜਾਬ ਨੇ ਰੱਖੀ। ਤੁਸੀਂ ਕਿੱਦਾਂ ਕਹਿ ਸਕਦੇ ਆ ਕਿ ਅਸੀਂ ਜੀ ਕੁਛ ਕੀਤਾ ਨਹੀਂ, ਤੁਸੀਂ ਕਿੱਦਾਂ ਕਹਿ ਸਕਦੇ ਕਿ ਅਕਾਲੀ ਦਲ ਨੇ ਕੁਛ ਨਹੀਂ ਕੀਤਾ। ਦੇਖੋ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਅਕਾਲੀ ਦਲ ਨੇ ਕੀ ਕੀਤਾ, ਅਸੀਂ ਇਹ ਨਹੀਂ ਕਹਿੰਦੇ ਕਿ ਹੁਣ ਵਾਲਿਆਂ ਨੇ ਕੀ ਕੀਤਾ। ਮਸਲਾ ਇਹ ਹੈ ਕਿ ਸਾਰਾ ਸਮਾਂ ਪਹਿਲਾਂ ਵੀ ਪੰਜਾਬ ਦੇ ਨਾਲ ਧੋਖਾ ਹੋਇਆ, ਹੁਣ ਵੀ ਧੋਖਾ ਹੋ ਰਿਹਾ। ਪੰਜਾਬ ਜਿਸ ਮਸਲੇ ਤੇ ਗੱਲ ਵਿਚਾਰਨੀ ਚਾਹੁੰਦਾ, ਜਿੱਥੇ ਗੱਲ ਕਰਨੀ ਚਾਹੀਦੀ ਹੈ, ਉਸ ਮਸਲੇ ਤੇ ਸੁਖਨੈਬ ਜੀ ਅਜੇ ਤੱਕ ਵੀ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਗਾ। ਤੇ ਜੇਕਰ ਬੋਲਣ ਨੂੰ ਤਿਆਰ ਨਹੀਂ ਗਾ, ਤੁਸੀਂ ਜਿੰਨਾ ਮਰਜ਼ੀ ਪਾਣੀ ਚ ਮਧਾਣੀ ਫੇਰੀ ਜਾਓ, ਇੰਨਾ ਕੁਛ ਨਿਕਲਣਾ ਨਹੀਂ ਗਾ, ਇਹਦੇ ਵਿੱਚੋਂ ਕੁਛ ਨਿਕਲਣਾ ਨਹੀਂ ਗਾ। ਅੱਜ ਚੀਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ, ਕੱਲ ਨੂੰ ਫਿਰ ਮਲਵਿੰਦਰ ਸਿੰਘ ਕੰਮ ਕਰ ਦੇਣਗੇ, ਆਉਂਦੇ ਦਿਨਾਂ ਨੂੰ ਕੋਈ ਹੋਰ ਸਿਆਸਤ ਦੇ ਨਾਲ ਇਸ ਮਸਲੇ ਤੇ ਕੁਛ ਬੋਲ ਦੇਗਾ। ਪੰਜਾਬ ਦਾ ਭਲਾ ਕਿੱਥੇ, ਕੀ SYL ਦਾ ਹੱਲ ਤੁਸੀਂ ਕਹਿੰਦੇ ਕਿਸੇ ਨੇ ਚਾਂਦੀ ਦੀ ਕਹੀ ਨਾ ਟੱਕ ਮਾਰ ਦਿੱਤਾ, ਤੁਸੀਂ ਕਹਿੰਦੇ ਆ ਜੀ 1977 ਤੇ ਸਮਝੌਤਾ ਕਰ ਦਿੱਤਾ, ਫਿਰ ਕਹਿੰਦੇ ਜੀ ਇਹਦਾ ਚੈੱਕ ਵੰਡਦੇ ਸੀਗੇ ਉਹਨਾਂ ਸਮਿਆਂ ਦੇ ਦੌਰਾਨ, ਸਾਰਾ ਕੁਛ ਹੋਇਆ। ਅਸੀਂ ਕਹਿੰਦੇ ਆਪਣੇ ਆਪਣੇ ਸਮੇਂ ਸਾਰਾ ਕੁਛ, ਇਹ ਗੱਲਾਂ ਸਹੀ ਹੈ, ਪਰ ਇਹ ਤਾਂ ਦੱਸੋ ਕਿ ਜਿਹੜੀ ਲੀਡਰਸ਼ਿਪ ਦੇ ਕਰਕੇ ਇਹ ਹੋਇਆ ਉਹ ਅੱਜ ਮੰਨਣ ਨੂੰ ਤਿਆਰ ਨੇ। ਚੈਲੇਂਜ ਤੁਸੀਂ ਇੱਕ ਦੂਜੇ ਨੂੰ ਕਰੀ ਜਾਂਦੇ ਆ ਕਿ ਚੰਡੀਗੜ੍ਹ ਆ ਜਾਓ ਫਲਾਨੇ ਥਾਂ ਤੇ ਆ ਜਾਓ, ਕਈ ਜਾਂਦੇ ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜੀ, ਕਾਂਗਰਸ ਦੇ ਰਾਜਾ ਵੜਿੰਗ ਜੀ, ਪ੍ਰਤਾਪ ਸਿੰਘ ਬਾਜਵਾ ਜੀ, ਮੇਰਾ ਖੁੱਲਾ ਸੱਦਾ, ਰੋਜ਼ ਰੋਜ਼ ਦੀ ਖਿੱਚ ਖਿੱਚ ਨਾਲੋਂ ਆਪਾਂ ਬਹਿ ਕੇ ਗੱਲ ਕਰੀਏ, ਜਗ੍ਹਾ ਤਾਂ ਕੋਈ ਦਿੰਦਾ ਨਹੀਂ ਗੱਲ ਕਰਨੇ, ਜਿਹਨੀ ਜਗ੍ਹਾ ਦਿੱਤੀ ਸੀ ਅਗਲੇ ਕਹਿੰਦੇ ਅਸੀਂ ਰਾਜਨੀਤਿਕ ਤੌਰ ਤੇ ਫੰਕਸ਼ਨ ਹੀ ਨਹੀਂ ਉੱਥੇ ਕਰਦੇ। ਸੋ ਸੁਖਨੈਬ ਜੀ ਬਹੁਤ ਸਾਰੀਆਂ ਗੱਲਾਂ ਨੇ, ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਚੀਮਾ ਸਾਹਿਬ ਨੇ ਆਪਣਾ ਪੱਖ, ਸ਼੍ਰੋਮਣੀ ਅਕਾਲੀ ਦਲ ਦਾ ਪੱਖ ਰੱਖਣ ਦਾ ਯਤਨ ਕੀਤਾ, ਪਰ ਲੱਗਦਾ ਪਿਆ ਇਸ ਪੱਖ ਦੇ ਵਿੱਚ ਥੋੜੀਆਂ ਬਹੁਤੀਆਂ ਉਣਤਾਈਆਂ ਜਿਹੀਆਂ ਰਹਿ ਜਾਂਦੀਆਂ ਨੇ ਹਮੇਸ਼ਾ। ਮੈਨੀਫੈਸਟੋ 1977 ਦਾ ਬਾਅਦ ਦੇ ਵਿੱਚ ਹਾਲਾਤ 2 ਸਾਲ ਬਾਅਦ ਬਦਲ ਗਏ ਸੀਗੇ, ਚਾਂਦੀ ਦੇ ਟੱਕ ਕਦੋਂ ਵੱਜੇ ਸੀਗੇ, ਇਹ ਸਾਰੀਆਂ ਗੱਲਾਂ ਜਿਹੜੀਆਂ ਆਪਣੇ ਆਪਣੇ ਪੱਖ ਮਜ਼ਬੂਤੀ ਨਾਲ ਪੇਸ਼ ਕਰਨ ਦੇ ਨਾਲ ਹੀ ਕੀਤੀਆਂ ਜਾ ਰਹੀਆਂ ਨੇ। ਉਹ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੋਈ ਨਾ ਹੋਵੇ ਤਾਂ ਚੰਗੀ ਗੱਲ ਹੈ। ਇਹ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ 4 ਦਿਨ ਪਹਿਲਾਂ ਵੀ ਕਹੀ ਸੀ, ਪਹਿਲਾਂ ਵੀ ਕਹੀ ਸੀਗੀ। ਇੱਕ ਹੋਰ ਚੀਜ਼ ਦੇਖੋ, ਅਕਾਲੀ ਦਲ ਦੇ ਪ੍ਰਧਾਨ ਨੇ ਵੀ ਜ਼ੋਰ ਦੇ ਕੇ ਆਖਿਆ ਕਿ ਪਾਰਟੀ ਪੰਜਾਬ ਦੇ ਵਿੱਚੋਂ ਇੱਕ ਵੀ ਬੂੰਦ ਪਾਣੀ ਨਹੀਂ ਬਾਹਰ ਜਾਣ ਦੇਵੇਗੀ, ਨਾ ਨਹਿਰ ਬਣੇਗੀ ਨਾ ਪਾਣੀ ਬਣੇਗਾ। ਫਿਰ ਇਹ ਵੀ ਗੱਲ ਕਹਿਤੀ ਕਿ 2016 ਦੇ ਵਿੱਚ ਨਹਿਰ ਲਈ ਅਕਵਾਇਰ ਜ਼ਮੀਨ ਅਸਲ ਕਿਸਾਨ ਮਾਲਕਾਂ ਨੂੰ ਵਾਪਸ ਕਰਨ ਮਗਰੋਂ ਸੂਬੇ ਦੇ ਵਿੱਚ SYL ਨਾਂ ਦੀ ਕੋਈ ਨਹਿਰ ਲਹਿਰ ਨਹੀਂ ਗੀ, ਤੇ ਨਾ ਹੀ ਸਾਡੇ ਕੋਲ ਦੇਣ ਨੂੰ ਕੋਈ ਪਾਣੀ ਹੈ। ਗੱਲ ਤਾਂ ਠੀਕ ਹੈ, ਪਰ ਬਹੁਤ ਸਾਰੇ ਬੇੜੀਆਂ ਦੇ ਵੱਟੇ ਵੀ ਸੁਖਨੈਬ ਜੀ ਕਿਤੇ ਨਾ ਕਿਤੇ ਇਹਨਾਂ ਸਿਆਸਤਦਾਨਾਂ ਦੇ ਵਿੱਚੋਂ ਕਿਸੇ ਨੇ ਪਾਏ ਜ਼ਰੂਰ। ਸਹੀ ਹੈ, ਗੱਲ ਤਾਂ ਉੱਥੇ ਹੀ ਖੜੀ ਹੈ ਨਾ ਜੀ, ਕਿ ਉਦੋਂ ਤਾਂ ਮੌਕਾ ਪ੍ਰਸਤੀ ਵਾਸਤੇ ਸਾਰਾ ਕੁਛ ਕਰ ਗਏ, ਹੁਣ ਮੌਕਾ ਪ੍ਰਸਤੀ ਹੈ ਜਿਹੜੀ ਉਹ ਇਸ ਤਰੀਕੇ ਨਾਲ ਕਰ ਰਿਹਾ ਕਿ ਜੇ ਬੋਲਾਂਗੇ ਨਹੀਂ ਤਾਂ ਲੋਕਾਂ ਨੇ ਥੜੇ ਤੇ ਨਹੀਂ ਚੜ੍ਹਨ ਦੇਣਾ। ਸੁਖਨੈਬ ਜੀ ਬੋਲਣ ਦਾ ਮਾਮਲਾ ਤਾਂ ਉਹੀ ਹੈ ਨਾ ਜਿੱਦਾਂ ਕਿਸਾਨਾਂ ਦਾ ਅੰਦੋਲਨ ਸੀਗਾ, ਦਿੱਲੀ ਦੇ ਵਿੱਚ ਗੱਲ ਜਾ ਕੇ ਕੁਛ ਹੋਰ ਹੁੰਦੀ ਸੀ, ਪੰਜਾਬ ਦੇ ਵਿੱਚ ਆ ਕੇ ਗੱਲ ਕੁਛ ਹੋਰ ਹੁੰਦੀ ਸੀ। ਜਦੋਂ ਦੇਖਿਆ ਕਿ ਮਾਹੌਲ ਹੁਣ, ਸਥਿਤੀ ਜਿਹੜੀ ਹੈ ਉਲਟੀ ਹੁੰਦੀ ਜਾ ਰਹੀ ਹੈ, ਕੇਂਦਰ ਸਰਕਾਰ ਭਾਰੀ ਪੈਂਦੀ ਜਾ ਰਹੀ ਹੈ, ਤਾਂ ਇਹਨਾਂ ਦੋਹਾਂ ਤੇ ਤਿੰਨਾਂ ਜਣੇ ਦੋਹਾਂ ਨੇ ਸੋਚਿਆ ਕਿ ਪਾਰਲੀਮੈਂਟ ਮੈਂਬਰ ਹੈ ਭਾਈ, ਥੋੜੇ ਜਿਹੇ ਪੈਰ ਪਿੱਛੇ ਵੱਲ ਖਿੱਚ ਲਓ, ਅਸੀਂ ਅਸਤੀਫੇ ਦੀ ਗੱਲ ਕਰ ਦਿੰਦੇ ਹਾਂ। ਜਦੋਂ ਪਾਰਲੀਮੈਂਟ ਵਿੱਚ ਇਹਨਾਂ ਮੁੱਦਿਆਂ ਤੇ ਗੱਲ ਹੁੰਦੀ ਸੀ, ਉਸ ਵੇਲੇ ਕਿਉਂ ਨੀ ਇਹ ਬੋਲੇ ਸੀਗੇ, ਸ਼ਹੀਦ ਹਾਂ ਅਸੀਂ, ਕੁਰਬਾਨੀਆਂ ਬਹੁਤ ਦਿੱਤੀਆਂ, ਅਸੀਂ ਕੁਰਬਾਨੀਆਂ ਦਿੰਦੇ ਰਹਾਂਗੇ। ਦੇਖੋ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਕੁਰਬਾਨੀਆਂ ਦੇਵਾਂਗੇ, ਤੇ ਨਾਲ ਦੀ ਨਾਲ ਚੀਜ਼ੀ ਨੂੰ ਖੂਨ ਲਾ ਕੇ ਸ਼ਹੀਦ ਕਹਾਉਣ ਵਾਲਾ ਕੰਮ ਕਰਨਾ, ਇੱਦਾਂ ਗੱਲ ਨੀ ਬਣਦੀ ਹੁੰਦੀ। ਕੁਰਬਾਨੀਆਂ ਕਿਸੇ ਵੇਲੇ ਪਾਰਟੀ ਦੇ ਵੱਡੇ ਆਗੂਆਂ ਨੇ ਦਿੱਤੀਆਂ, ਕੋਈ ਸ਼ੱਕ ਨਹੀਂ, ਪਰ ਹੁਣ ਤੁਸੀਂ ਰਿਪੇਰੀਅਨ ਦੇ ਸਿਧਾਂਤ ਦੀ ਗੱਲ ਕਰ ਲਓ ਚਾਹੇ ਅਸਲ ਵਿੱਚ ਗੱਲ ਕਰ ਲਓ, ਮਸਲਾ ਇਹੀ ਹੈ ਕਿ ਇਹਤੇ ਵਿਚਾਰ ਕਰਨਾ ਪੈਣਾ ਹੀ ਹੈ, ਫਿਰ ਜਾ ਕੇ ਹੱਲ ਹੋਣਾ। ਨਹੀਂ ਤਾਂ 2024 ਤੋਂ ਬਾਅਦ 2027 ਦੇ ਵਿੱਚ ਮੁੱਦਾ ਉੱਠ ਗਿਆ ਇੱਕ ਵਾਰ, ਤੇ ਉਸ ਤੋਂ ਬਾਅਦ 2030 ਉੱਠੀ ਹੋਈ ਜਦੋਂ ਲੋਕ ਸਭਾ ਦੀਆਂ ਚੋਣਾਂ ਆਉਣੀਆਂ। ਜੀ ਬਿਲਕੁਲ, ਇਹ ਵੀ ਗੱਲ ਸਹੀ ਹੈ ਜੀ, ਤੇ ਹੁਣ ਇਦੋਂ ਗਾਹਾਂ ਵਾਲੀ ਸਹੀ ਗੱਲ ਆਪਾਂ ਕਰੀਏ। ਨਵਜੀਤ ਜੀ, ਜੈਜੀਤ ਸਿੰਘ ਜੌਹਲ ਬੜੀ ਚੜ੍ਹਾਈ ਹੁੰਦੀ ਸੀ ਤੇ ਕੱਲ ਵਿਜੀਲੈਂਸ ਚੜ੍ਹੀ ਫਿਰਦੀ ਸੀ।
ਬਿਲਕੁਲ ਸਕਨੈਪ ਜੀ, ਕਿਸੇ ਵੇਲੇ ਜੋ ਜੋ ਵੀ ਜਿਹਦਾ ਜਿਹਦਾ ਵੀ ਜੋ ਜੋ ਜੀ ਕੀਤਾ ਤੇ ਜੋ ਜੋ ਸਾਹਿਬ ਨੇ ਉਹੀ ਕੀਤਾ। ਚਲੋ ਰੌਲਾ ਤਾਂ ਪੈਂਦੇ ਰਹਿੰਦਾ, ਕਿਤੇ ਮਾਈਨਿੰਗ ਦਾ ਰੌਲਾ ਪੈ ਜਾਂਦਾ ਸੀਗਾ, ਕਦੀ ਇਹ ਰੌਲਾ ਪੈ ਜਾਂਦਾ ਸੀਗਾ ਕਿ ਪਲਾਟ ਬਹੁਤ ਵੰਡ ਵੜਿਆ ਹੋ ਗਿਆ। ਇਹ ਸਾਰੀਆਂ ਗੱਲਾਂ ਸਹੀ ਸੀਗੀਆਂ, ਕੱਲ ਤਾਂ ਇਥੋਂ ਕੁਛ ਵੀ ਨਹੀਂ ਸੀਗਾ। ਸਿੰਗਲਾ ਸਾਹਿਬ ਇਸ ਵੇਲੇ ਇੱਕੋ ਹੀ ਰਾਜਨੀਤਿਕ ਪਾਰਟੀ ਦੇ ਵਿੱਚੋਂ ਨੇ ਬਠਿੰਡੇ ਵਾਲੇ, ਤੇ ਉਹੀ ਸਿੰਗਲਾ ਸਾਹਿਬ ਹੁਣ ਕਹਿੰਦੇ ਪਏ, ਨਾ ਕਹੋ ਕਿ ਮੈਂ ਪਿੱਛੇ ਹਟ ਜਾਊਂਗਾ, ਦੋਸ਼ ਤਾਂ ਮੈਂ ਲਾਤੇ ਸੀ, ਬਹੁਤ ਵੱਡੇ ਦੋਸ਼ ਲੱਗੇ ਸੀ, ਦੋਸ਼ ਸਹੀ ਵੀ ਸੀਗੇ। ਮਨਪ੍ਰੀਤ ਸਿੰਘ ਬਾਦਲ ਹੋਰਾਂ ਤੇ ਜਦੋਂ ਇਹ ਦੋਸ਼ ਲੱਗਦਾ ਪਲਾਟਾਂ ਦੇ ਰੌਲੇ ਦਾ, ਜਿਹਦੇ ਵਿੱਚੋਂ ਕਾਫੀ ਹੱਦ ਤੱਕ ਉਹ ਸਾਰੀਆਂ ਗੱਲਾਂ ਸਹੀ ਵੀ ਨੇ। ਹੁਣ ਸੁਖਨੈਬ ਜੀ, ਉਸ ਮਾਮਲੇ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਅੱਜ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ ਮਨਪ੍ਰੀਤ ਸਿੰਘ ਬਾਦਲ ਦੀਆਂ ਵੀ, ਤੇ ਦੂਸਰੇ ਪਾਸੇ ਜੈਜੀਤ ਸਿੰਘ ਜੋਲ ਦੀਆਂ ਵੀ। ਹੁਣ ਜੋਲ ਦੇ ਚੰਡੀਗੜ੍ਹ ਦੇ ਵਿੱਚ ਜਿਹੜਾ ਘਰ ਆ ਨਾ, ਉਹ ਕਿਹਾ ਜਾ ਰਿਹਾ ਕਿ ਸਾਰੇ ਮੀਡੀਆ ਦੇ ਵਿੱਚ ਇੱਕ ਹੀ ਖਬਰ ਹੈ ਕਿ ਉਹ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਦਾ ਘਰ ਹੈ। ਸਭ ਨੂੰ ਪਤਾ ਹੈ ਕਿ ਇਹਦਾ ਯਾਰ ਲੁਕਾਉਣ ਦੀ ਉਹਦੇ ਵਿੱਚ ਕੀ ਲੋੜ ਹੈ। ਰੌਲਾ ਇਸ ਗੱਲ ਦਾ ਕਿ ਜਿੱਥੇ ਤੱਕ ਹੁਣ ਗੱਲ ਪਹੁੰਚ ਗਈ ਹੈ, ਬਠਿੰਡੇ ਦੇ ਵਿੱਚ ਚਿੱਟੇ ਰੰਗ ਦੀਆਂ ਕੋਠੀਆਂ ਦਾ ਰੌਲਾ ਅਜੇ ਤੱਕ ਉਹ ਨਹੀਂ ਖਤਮ ਹੋਇਆ ਸੀਗਾ। ਅਜੇ ਤੱਕ ਮਨਪ੍ਰੀਤ ਸਿੰਘ ਬਾਦਲ ਨੂੰ ਭਗੌੜਾ ਕਰਾਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ, ਅਜੇ ਉਹ ਨਹੀਂ ਕੰਮ ਖਤਮ ਹੋਇਆ। ਨਵੇਂ ਸਿਰੋਂ ਵਾਰੰਟ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹ ਨਹੀਂ ਅਜੇ ਤੱਕ ਕੰਮ ਰੁਕਿਆ। ਇਸ ਮਾਮਲੇ ਵਿੱਚ 3 ਜਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਜਾ ਚੁੱਕਿਆ, ਉਹ ਨਹੀਂ ਅਜੇ ਤੱਕ ਮਸਲਾ ਟਿੱਟਾ ਪਿਆ। ਇਸ ਮਾਮਲੇ ਦੇ ਵਿੱਚ ਹੁਣ 2018 ਦੇ ਪਲਾਟ ਵਾਲਾ ਮਾਮਲਾ ਜਿਹੜਾ ਸੀਗਾ, ਉਹ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ। ਤੇ ਇੱਥੇ ਹੁਣ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਕਿ ਪਏ, ਉਹ ਦੇਖੋ ਕਹਿੰਦੇ ਕਿ ਜੋ ਜੋ ਉੱਥੇ ਅਫਸਰ ਸੀਗੇ ਉਹਨਾਂ ਨੇ ਜੋ ਕਹਿਤਾ ਮੈਂ ਤਾਂ ਉਹੀ ਕਰਦਾ ਰਿਹਾ, ਤੇ ਸਾਰੀ ਜ਼ਿੰਮੇਵਾਰੀ ਉਸ ਅਫਸਰ ਦੇ ਉੱਪਰ ਸਿੱਟ ਦਿੱਤੀ ਹੈ। ਇਹਦਾ ਮਤਲਬ ਆਪਣੇ ਆਪ ਨੂੰ ਇਹਨਾਂ ਨੇ ਅਲੱਗ ਕਰਨ ਦੀ ਕੋਸ਼ਿਸ਼ ਕਰ ਲਈ ਹੈ। ਮਨਪ੍ਰੀਤ ਸਿੰਘ ਬਾਦਲ ਦੇ ਅਨੁਸਾਰ ਜੇਕਰ ਪਲਾਟ ਖਰੀਦ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਇਹ ਲਈ ਪੂਰੀ ਤਰ੍ਹਾਂ ਨਾਲ ਕਹਿੰਦੇ ਬੀਡੀਏ ਦੇ ਅਧਿਕਾਰੀ ਜ਼ਿੰਮੇਵਾਰ ਹੈ। ਜ਼ਮਾਨਤ ਅਰਜ਼ੀ ਦੇ ਅਨੁਸਾਰ ਉਹਦੇ ਵਿੱਚ ਲਿਖਿਆ ਕਿ ਮਨਪ੍ਰੀਤ ਸਿੰਘ ਬਾਦਲ ਨੇ ਬੀਡੀਏ ਦੇ ਅਧਿਕਾਰੀਆਂ ਤੇ ਕੋਈ ਦਬਾਅ ਨਹੀਂ ਪਾਇਆ, ਤੇ ਜੇਕਰ ਪਲਾਟਾਂ ਦੀ ਬੋਲੀ ਦੇ ਦੌਰਾਨ ਆਨਲਾਈਨ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਤਾਂ ਉਸ ਪਲਾਟ ਦੀ ਲੋਕੇਸ਼ਨ ਨਹੀਂ ਪਾਈ ਗਈ, ਤਾਂ ਮਨਪ੍ਰੀਤ ਸਿੰਘ ਬਾਦਲ ਦਾ ਕਹਿੰਦੇ ਕਸੂਰ ਹੀ ਨਹੀਂ ਕੋਈ ਵੀ। ਪਰ ਇਹਦੇ ਲਈ ਕੀ ਬੀਡੀਏ ਦੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਨੇ? ਸਵਾਲ ਸੁਖਨੈਲ ਜੀ ਇੱਥੇ ਤਾਂ ਖੜਾ ਹੁੰਦਾ ਕਿ ਅਫਸਰ ਐਡੀ ਵੱਡੀ ਗਲਤੀ ਜਾਂ ਸਾਰੇ ਐਡੀ ਵੱਡੀ ਆਪਣੇ ਮਨ ਦੇ ਅਨੁਸਾਰ ਹੀ ਕਿੱਦਾਂ ਕਰ ਸਕਦਾ? ਇਹਦੇ ਪਿੱਛੇ ਕਿਸੇ ਨਾ ਕਿਸੇ ਦਾ ਸਿਆਸੀ ਥਾਪੜਾ ਜ਼ਰੂਰ ਸੀਗਾ। ਉਸ ਵੇਲੇ 2 ਪਲਾਟਾਂ ਨੂੰ ਸਸਤੇ ਰੇਟ ਤੇ ਵੇਚੇ ਜਾਣ ਦੀ ਵਜ੍ਹਾ ਦੇ ਕਰਕੇ ਸਰਕਾਰ ਨੂੰ ਜੇਕਰ 68 ਲੱਖ ਦਾ ਨੁਕਸਾਨ ਹੋਇਆ ਸੀ ਤਾਂ ਰੌਲਾ ਕਿਉਂ ਨਹੀਂ ਪਾਉਂਦੇ ਪਏ? ਵਿਜੀਲੈਂਸ ਦਾ ਦਾਅਵਾ ਕਿ ਪੂਰੀ ਪਲੈਨਿੰਗ ਦੇ ਤਹਿਤ ਇਹ ਸਾਰਾ ਕੁਝ ਹੋਇਆ, ਮਨਪ੍ਰੀਤ ਸਿੰਘ ਬਾਦਲ ਦੇ ਲਈ ਪਲਾਟ ਅਲਾਟ ਕਰਵਾਉਣ ਦੀ ਪੂਰੀ ਸਾਜਿਸ਼ ਰਚੀ ਗਈ ਸੀ, ਪਰ ਹੁਣ ਬੱਕਰੇ ਨੂੰ ਬਚਾਉਣ ਲਈ ਚੂਚੇ ਦੀ ਬਲੀ ਨਾ ਦੇ ਦਿੱਤੀ ਜਾਵੇ, ਏਦਾਂ ਨਾ ਕਿਤੇ ਹੋ ਜਾਵੇ। ਬਾਕੀ ਦੇਖਦੇ ਹਾਂ ਤੇ ਜਿਹੜੇ ਕਰੀਬੀ ਨੇ ਜੋ ਜੋ ਦੀ ਜਿਹੜੀ ਕੋਠੀ ਤੇ ਛਾਪੇਮਾਰੀ ਹੋਈ ਹੈ ਉਹ ਜਾਂਚ ਚੱਲਦੀ ਪਈ ਹੈ, ਉਹਦੇ ਵਿੱਚ ਵੀ ਬਹੁਤ ਕੁਛ ਨਿਕਲਣ ਦੀ ਸੰਭਾਵਨਾ। ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵੀ ਇੱਕ ਅਰਜ਼ੀ ਲਗਾਈ ਸੀਗੀ ਤੇ ਉੱਥੇ ਸੁਣਵਾਈ ਹੋਣੀ ਸੀ, ਅਜੇ ਤੱਕ ਕੁਛ ਉਸ ਮਾਮਲੇ ਤੇ ਸੁਨੇਹ ਵੀ ਆਈ ਨਹੀਂ ਅਪਡੇਟ, ਪਰ ਇੰਨਾ ਜ਼ਰੂਰ ਹੈ ਆਉਂਦੇ ਦਿਨਾਂ ਨੂੰ ਮੁਸ਼ਕਲਾਂ ਦੋਹਾਂ ਦੀਆਂ ਨੇ, ਤਿੰਨਾਂ ਦੀਆਂ ਨੇ, 5 ਜਣੇ ਹੋਰ ਹੈ ਜਿਹੜੇ ਨਾਲ ਫੜੇਗੇ, ਉਹਨਾਂ ਦੀਆਂ ਵੀ ਵੱਧ ਸਕਦੀਆਂ ਨੇ ਜੀ। ਤੇ ਜੀ, ਰਾਜਪਾਲ ਸਾਹਿਬ ਨੇ ਦੌਰਾ ਕੀਤਾ, ਕੋਈ ਆਊਟਪੁੱਟ ਹੈ ਜਾਂ ਗੇੜਾ ਗੁੜਾ ਕੱਢ ਕੇ ਮੁੜਿਆ? ਆਪ ਵਾਲਿਆਂ ਨੇ ਵੀ ਧਿਆਨ ਨਹੀਂ ਦਿੱਤਾ ਬਹੁਤਾ। ਨਹੀਂ ਸੁਖਨੈਬ ਜੀ, ਗਵਰਨਰ ਸਾਹਿਬ ਜਦੋਂ ਵੀ ਇਸ ਤਰ੍ਹਾਂ ਦੇ ਦੌਰੇ ਤੇ ਨਿਕਲਦੇ ਨੇ ਤਾਂ ਉਹਦੇ ਵਿੱਚੋਂ ਆਊਟਪੁੱਟ ਤਾਂ ਕੀ ਨਿਕਲਣੀ ਹੁੰਦੀ ਹੈ, ਇਹ ਤਾਂ ਪਹਿਲਾਂ ਹੀ ਪਤਾ ਹੁੰਦਾ ਕਿ ਦੌਰਾ ਉਹਨਾਂ ਦਾ ਨਿੱਜੀ ਹੈ, ਪਰ ਇਹ ਹੁੰਦਾ ਸਿਆਸਤ ਤੋਂ ਪ੍ਰੇਰਿਤ ਹੈ ਕਿਤੇ ਨਾ ਕਿਤੇ। ਗਵਰਨਰ ਸਾਹਿਬ ਪੰਜਾਬ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਸਿਆਸੀ ਦੌਰਾ ਕਰ ਚੁੱਕੇ ਨੇ ਤੇ ਉਸ ਵੇਲੇ ਸਰਹੱਦੀ ਇਲਾਕਿਆਂ 'ਚ ਜਾ ਕੇ ਇਹਨਾਂ ਨੇ ਇੱਕ ਗੱਲ ਕਹੀ, ਉਹ ਕਹਿੰਦੇ ਕਿ ਨਸ਼ਾ ਬਹੁਤ ਵਿਕਦਾ ਪਿਆ, ਨਸ਼ਾ ਇਸ ਵੇਲੇ ਵਿਕਦਾ ਪਿਆ ਇੰਨਾ ਜ਼ਿਆਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਸਾਰੀ ਨੌਜਵਾਨ ਪੀੜ੍ਹੀ ਬਰਬਾਦ ਵੀ ਹੋ ਰਹੀ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਅੰਮ੍ਰਿਤਸਰ ਦੇ ਪਿੰਡਾਂ 'ਚ ਤਰਨ ਤਾਰਨ ਤੇ ਉਸ ਤੋਂ ਬਾਅਦ ਗੁਰਦਾਸਪੁਰ ਦੇ ਬਾਰਡਰ ਏਰੀਆ ਜਦੋਂ ਗਵਰਨਰ ਸਾਹਿਬ ਗਏ ਤਾਂ ਕਹਿੰਦੇ ਦੁਕਾਨਾਂ ਤੇ ਚਿੱਟਾ ਮਿਲਦਾ ਹੈ, ਮੈਂ ਬਹੁਤ ਹੈਰਾਨ ਹਾਂ। ਇੱਕ ਰਿਪੋਰਟ ਤਿਆਰ ਕਰਕੇ ਦਿੱਲੀ ਵੱਲ ਭੇਜ ਦਿੱਤੀ ਗਈ, ਉਸੇ ਆਧਾਰ ਤੇ ਕੁਝ ਸਮੇਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦਾ ਬਿਆਨ ਆਉਂਦਾ ਕਿ ਪੰਜਾਬ ਦੇ ਵਿੱਚ ਨਸ਼ਾ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਬਸ ਇੱਕ ਬਿਆਨ ਆਇਆ, ਉਸ ਤੋਂ ਬਾਅਦ 4 ਮਹੀਨੇ ਬੀਤ ਗਿਆ, ਅਜੇ ਤੱਕ ਕੋਈ ਐਲਾਨ ਨਹੀਂ ਆਇਆ। ਗਵਰਨਰ ਸਾਹਿਬ ਨੇ ਨਵੇਂ ਸਿਰਿਓਂ ਕਿਹਾ ਕਿ ਅਸੀਂ ਵਿਸ਼ਵ ਗੁਰੂ ਸੀਗੇ ਤੇ ਹੁਣ ਵਿਸ਼ਵ ਸ਼ਕਤੀ ਬਣਨਾ, ਬਹੁਤ ਚੰਗੀ ਗੱਲ ਹੈ, ਬਣਨਾ ਵੀ ਚਾਹੀਦਾ। ਭਾਰਤ ਵੀ ਜਿਸ ਹਿਸਾਬ ਦੇ ਨਾਲ ਅਰਥ ਵਿਵਸਥਾ ਤੇਜ਼ ਹੁੰਦੀ ਜਾ ਰਹੀ ਹੈ, ਆਰਥਿਕ ਖੇਤਰ ਵਿੱਚ ਵਿਕਾਸ ਹੁੰਦਾ ਪਿਆ, ਵਿਗਿਆਨਿਕ ਖੇਤਰ 'ਚ ਵਿਕਾਸ ਹੁੰਦਾ ਹੈ, ਅਸੀਂ ਵਿਸ਼ਵ ਗੁਰੂ ਬਣ ਦੀਆਂ ਜਾਂਗਰਾਂ ਵੀ ਮਾਰਦੇ ਪਏ ਹਾਂ, ਨਾਲ ਦੀ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ ਸ਼ਕਤੀ ਵੀ ਵਿਸ਼ਵ ਬਣ ਜਾਂਗੇ। ਪਰ ਗਵਰਨਰ ਸਾਹਿਬ ਨੇ ਦੌਰਾ ਜਿਹੜਾ ਸ਼ੁਰੂ ਕੀਤਾ, ਹੁਣ ਸੁਖਨੈਬ ਜੀ ਉਹ ਧਿਆਨ ਮੰਗਦਾ ਕਿ ਅਬੋਹਰ ਜਾਂ ਫਾਜ਼ਿਲਕੇ ਤੋਂ ਕਿਉਂ ਕੀਤਾ? ਉੱਥੇ ਹੁਣ ਨਵੇਂ ਚੁਣੇ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਸੁਨੀਲ ਜਾਖੜ। ਹੁਣ ਜਾਖੜ ਸਾਹਿਬ ਦੀਆਂ ਤਾਰਾਂ ਤਾਂ ਹਮੇਸ਼ਾ ਜੁੜਦੀਆਂ ਰਹਿੰਦੀਆਂ ਨੇ, ਨਾਲ ਦੇ ਨਾਲ
ਜਾਖੜ ਸਾਹਿਬ ਨੇ ਕਿਹਾ ਹੋਣਾ ਕਿ ਉੱਥੋਂ ਅਸੀਂ ਸ਼ੁਰੂਆਤ ਕਰਦੇ ਹਾਂ, ਉਹਦਾ ਕਾਰਨ ਕੀ ਹੈ ਕਿ ਅਬੋਹਰ ਦੇ ਵਿੱਚ ਵਧੀਆ ਪ੍ਰਭਾਵ ਪਾਉਣ ਦੇ ਲਈ ਭਾਜਪਾ ਦੀ ਸਥਿਤੀ ਉੱਥੇ ਥੋੜੀ ਜਿਹੀ ਮਜ਼ਬੂਤ ਸੀ, ਪਿਛਲੀ ਵਾਰ ਵੀ ਹੁਣ ਵੀ ਹੈਗੀ ਹੈ, ਕੁਝ ਥਾਵਾਂ ਤੇ ਹੋਰ ਵੀ ਹੈਗੀ ਹੈ, ਪਰ ਜੀ ਜੇਕਰ ਕਹੀਏ ਕਿ ਸਰਕਾਰ ਹੀ ਬਣ ਜੂ ਕਿ ਇੰਨੇ ਵਿਧਾਇਕ ਕਹਿਣਗੇ, ਉਹ ਅਜੇ ਤੱਕ ਔਖਾ ਹੈ। ਪਰ ਇਹਨਾਂ ਜ਼ਰੂਰ ਹੈ, ਗਵਰਨਰ ਸਾਹਿਬ ਨੇ ਦੋ ਗੱਲਾਂ ਉੱਥੇ ਅਹਿਮ ਕੀਤੀਆਂ। ਕਹਿੰਦੇ ਕਿ ਨਸ਼ਾ ਵੱਧਦਾ ਪਿਆ, ਲੋਕਾਂ ਨੂੰ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਇਸ ਵੇਲੇ ਭਾਰਤ ਨੂੰ ਕਮਜ਼ੋਰ ਕਰਨ ਲਈ ਕੁਝ ਦੀਆਂ ਚਾਲਾਂ ਚੱਲ ਰਹੇ ਹੈ, ਪਰ ਪਾਕਿਸਤਾਨ ਦੇ ਇਸ ਕੁਚੱਕਰ ਨੂੰ ਅਸੀਂ ਪ੍ਰਸ਼ਾਸਨ ਤੇ ਪਿੰਡ ਸੁਰੱਖਿਆ ਕਮੇਟੀਆਂ ਦੇ ਤਾਲਮੇਲ ਦੇ ਸਾਰੇ ਤੋੜ ਸਕਦੇ ਹਾਂ। ਉਹ ਕਹਿੰਦੇ ਪਾਕਿਸਤਾਨ ਦੇ ਕੋਲ ਇੱਕ ਨਵਾਂ ਹਥਿਆਰ ਹੈ ਹੁਣ ਨਸ਼ਾ, ਉਹ ਲੜਾਈ ਨਹੀਂ ਲੜਦਾ, ਗੋਲੀਆਂ ਨਹੀਂ ਚਲਾਉਂਦਾ, ਉਹ ਸਿੱਧੇ ਰੂਪ ਦੇ ਵਿੱਚ ਨਸ਼ੇ ਦੇ ਰੂਪ 'ਚ ਅਟੈਕ ਕਰਦਾ ਪਿਆ। ਜੇਕਰ ਇਹ ਜੰਗ ਅਸੀਂ ਨਾ ਲੜੀ ਸਾਰਿਆਂ ਨੂੰ ਮਿਲਜੁਲ ਕੇ, ਤਾਂ ਨਸ਼ਾ ਨਹੀਂ ਖਤਮ ਹੋਣਾ, ਨਸ਼ੇ ਨੂੰ ਹਥਿਆਰ ਬਣਾਇਆ ਜਾ ਰਿਹਾ। ਸਰਕਾਰ ਨਾਲ ਮਿਲ ਕੇ ਚੱਲਣ, ਤਾਂ ਕਿ ਲੋਕ ਸਰਕਾਰ ਨਾਲ ਮਿਲ ਕੇ ਚੱਲਣ, ਤਾਂ ਕਿ ਪਾਕਿਸਤਾਨ ਨੂੰ ਇਸ ਲੁਕ ਵਿੱਚ ਉਹਦੇ ਵਿੱਚ ਹਰਾ ਸਕੀਏ। ਕਹਿੰਦੇ ਦੂਜੀ ਚੀਜ਼ ਦੇਖੋ, ਕੱਲ ਹੀ ਅਜੇ ਸੁਨੀਲ ਜਾਖੜ ਹੋਰਾਂ ਨੇ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਨੌਟੰਕੀ ਕਰਨ ਵਾਲੇ ਥੋੜੀ ਹਾਂ, ਅਸੀਂ ਕਮੇਡੀਅਨ ਥੋੜੀ ਹਾਂ, ਅਸੀਂ ਤਾਂ ਰਾਜਨੀਤੀ ਕਰਨ ਵਾਲੇ ਹਾਂ, ਅਸੀਂ ਨਹੀਂ ਉਸ ਥੀਏਟਰ ਦੇ ਵਿੱਚ ਆਉਂਦੇ। ਚਲੋ ਉਹਨੇ ਕਹਿਤਾ ਅਬੋਹਰ ਆ ਜਾਓ, ਅਬੋਹਰ ਆ ਕੇ ਤੁਹਾਨੂੰ ਦੱਸਾਂਗੇ ਸਮੱਸਿਆ ਕਿਹੜੀਆਂ, ਤੇ ਅਬੋਹਰ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਕਿ ਪਾਣੀ ਦੀ ਵੀ ਹੈ। ਹੁਣ ਗਵਰਨਰ ਸਾਹਿਬ ਉਸ ਮੁੱਦੇ ਤੇ ਨਹੀਂ ਬੋਲੇ, ਕੱਲ ਜਦੋਂ ਜਾਖੜ ਸਾਹਿਬ ਕਹਿੰਦੇ ਮਸਲਾ ਗੰਭੀਰ ਹੈ, ਤੇ ਉਹਨਾਂ ਲਈ ਗੰਭੀਰ ਹੈ, ਪੰਜਾਬ ਦੀ ਬਾਕੀ ਸਿਆਸਤਦਾਨਾਂ ਲਈ ਗੰਭੀਰ ਹੈ, ਭਾਜਪਾ ਲਈ ਗੰਭੀਰ ਹੈ, ਜੇਕਰ ਜਾਖੜ ਸਾਹਿਬ ਬੋਲ ਗਏ, ਪਰ ਗਵਰਨਰ ਸਾਹਿਬ ਉਸ ਮਸਲੇ ਤੇ ਕਿਉਂ ਨਹੀਂ ਬੋਲੇ, ਰੌਲਾ ਤੇ ਇਸ ਦੀ ਚੱਲਦਾ। ਹੁਣ ਗਵਰਨਰ ਸਾਹਿਬ ਇਹ ਦੂਜੇ ਪਾਸੇ ਕਹਿੰਦੇ ਪੰਜਾਬ ਸਰਕਾਰ ਤਾਂ ਆਪਣਾ ਕੰਮ ਕਰਦੀ ਪਈ ਹੈ, ਕਰੀ ਜਾਣ ਦੋ, ਪੁਲਿਸ ਆਪਣਾ ਕੰਮ ਕਰ ਰਹੀ ਹੈ, ਸਰਹੱਦੀ ਪਿੰਡਾਂ ਦੇ ਵਿੱਚ ਸੁਰੱਖਿਆ ਕਮੇਟੀਆਂ ਬਣਾਈਆਂ ਹੋਈਆਂ ਨੇ, ਜੇਕਰ ਇਹ ਸਾਰੇ ਮਿਲਜੁਲ ਕੇ ਕੰਮ ਕਰਨ ਤਾਂ ਆਉਣ ਵਾਲੇ ਸਮੇਂ 'ਚ ਨੁਕਸਾਨ ਪੰਜਾਬ ਦਾ ਹੋਰ ਹੁਣ ਬਚ ਜਾ। ਸਨਰ ਜੀ, ਤ੍ਰਾਸਦੀ ਪੰਜਾਬ ਦੀ ਕੀ ਹੈ ਕਿ 9 ਲੱਖ 9 ਲੱਖ ਜਿਹੜੇ ਨਸ਼ਾ ਕਰਨ ਵਾਲੇ ਸੀ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਪੰਜਾਬ ਦੇ ਵਿੱਚ ਨਸ਼ਾ ਛੱਡਣ ਦੇ ਲਈ, ਪਰ ਹੈਰਾਨੀ ਦੀ ਗੱਲ ਹੈ ਉਹਨਾਂ ਦੇ ਵਿੱਚੋਂ ਸਿਰਫ 4800 ਲੋਕਾਂ ਨੇ 10 ਸਾਲਾਂ ਦੇ ਵਿੱਚ ਨਸ਼ਾ ਛੱਡਿਆ। ਤੇ ਜੇਕਰ ਇੰਨੇ ਲੋਕ ਨਸ਼ਾ ਛੱਡਣ ਲਈ ਰਜਿਸਟਰ ਕਰਵਾਉਂਦੇ ਆ ਤੇ ਇੰਨੇ ਘੱਟ ਜਿਹੜੇ ਛੱਡ ਪਾ ਰਹੇ ਨੇ, ਇੱਥੋਂ ਸਮਝਿਆ ਜਾ ਸਕਦਾ ਹੈ। ਕੱਲ ਹੀ ਅਜੇ ਗਵਰਨਰ ਸਾਹਿਬ ਵੈਸੇ ਪੰਜਾਬ ਦੇ ਉਹਨਾਂ ਮੁੱਦਿਆਂ ਤੇ ਅਜੇ ਵੀ ਨਹੀਂ ਗੱਲ ਕਰਦੇ ਇਹਨਾਂ ਸਰਹੱਦੀ ਇਲਾਕਿਆਂ ਦੌਰੇ ਜਾ ਕੇ। ਕੱਲ ਹੀ ਅਜੇ ਲੁਧਿਆਣੇ ਮੁੱਲਾਪੁਰ ਦਾਖਾਂ ਤੋਂ ਨਸ਼ਾ ਤਸਕਰ ਫੜੇ, 4,90,00,000 ਰੁਪਏ ਦੀ ਉਹਨਾਂ ਕੋਲ ਡਰੱਗ ਬਣੀ ਫੜੀ, 38 ਨੰਬਰ ਪਲੇਟਾਂ ਉਹਨਾਂ ਦੇ ਕੋਲੋਂ ਬਰਾਮਦ ਕੀਤੀਆਂ, ਲਗਜ਼ਰੀ ਗੱਡੀਆਂ ਦੇ ਵਿੱਚ ਫਿਰ ਉਹ ਕੰਮ ਕਰਦੇ ਸੀਗੇ, ਮਾੜੀ ਮੋਟੀ ਤਾਂ ਗੱਡੀ ਰੱਖੀ ਨਹੀਂ ਸੀ ਉਹਨਾਂ ਨੇ, ਲੱਖਾਂ ਰੁਪਏ ਵਾਲੀਆਂ ਗੱਡੀਆਂ ਜਿਹ 'ਚ ਕੰਮ ਚੱਲਦਾ ਸੀਗਾ, ਤੇ ਹਥਿਆਰ ਵੀ ਉਹਨਾਂ ਦੇ ਕੋਲ ਸੀ। ਹੁਣ ਸਨੈਪ ਜੀ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਸ ਹਿਸਾਬ ਦੇ ਨਾਲ ਲਗਾਤਾਰ ਨਸ਼ਾ ਪੰਜਾਬ ਵੱਧਦਾ ਜਾ ਰਿਹਾ ਹੈ, ਰੋਕਣ ਦਾ ਯਤਨ ਨਹੀਂ ਕੀਤਾ ਜਾ ਰਿਹਾ। ਅੱਜ ਵੀ ਉਹ ਜਿਹੜੀ ਕੱਲ੍ਹ ਵੀ ਇਹਨਾਂ ਕੋਲ ਹੈਰੋਇਨ ਫੜੀ ਉਹ 300 ਕਰੋੜ ਦੀ ਸੀ, 12 ਕਰੋੜ ਦੀ ਅੱਜ ਫੜੀ ਹੈ, ਪ੍ਰਾਪਤੀ ਜ਼ਰੂਰ ਵੱਡੀ ਹੈ ਇਹ, ਪਰ ਨਾਲ ਦੀ ਨਾਲ ਝਾੜ ਵੀ ਪੈਂਦੀ ਪਈ ਹੈ ਹਾਈਕੋਰਟ 'ਚ, ਉਹ ਵੀ ਗੱਲਬਾਤ ਕਰਾਂਗੇ। ਗਵਰਨਰ ਸਾਹਿਬ ਦਾ ਜਿਹੜਾ ਦੌਰਾ ਇਸ ਵੇਲੇ ਉਹ ਆਪਣੇ ਤੌਰ ਤੇ ਉਹਨਾਂ ਨੇ ਇੱਕ ਤਾਂ ਦੀ ਕੋਸ਼ਿਸ਼ ਕਰਤੀ ਹੈ ਦਿਖਾਉਣ ਦੀ, ਦੇਖੋ ਜੀ ਮੈਂ ਵੀ ਇਸ ਇਲਾਕੇ ਦੇ ਵਿੱਚ ਆਇਆ ਤੇ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਉਹਨਾਂ ਨੇ ਜ਼ਰੂਰ ਭੇਟ ਕੀਤੀ ਹੈ, ਉੱਥੇ ਜਾਣਾ ਪੈਣਾ ਸੀ ਉਹਨਾਂ ਨੂੰ। ਬਾਕੀ ਜੇਕਰ ਕਹੀਏ ਕਿ ਇਸ ਦੌਰੇ ਵਿੱਚੋਂ ਕੁਛ ਨਿਕਲੇਗਾ, ਨਹੀਂ, ਇਸ ਦੌਰੇ ਦੇ ਵਿੱਚੋਂ 2-4 ਚੀਜ਼ਾਂ ਨੋਟ ਹੋਣਗੀਆਂ, ਨਸ਼ੇ ਦਾ ਮੁੱਦਾ ਹੋਏਗਾ, ਪੰਜਾਬ ਦੇ ਵਿੱਚ ਸੁਰੱਖਿਆ ਦਾ ਮਾਹੌਲ ਹੋਵੇਗਾ, ਬਾਰਡਰ ਏਰੀਆ ਸਹੂਲਤਾਂ ਤੋਂ ਸੁਲੱਖਣੇ ਆ, ਇਹ ਜਿਹੜੀ ਹੈ 3 ਮੁੱਦੇ ਜ਼ਰੂਰ ਹੈ ਜਿਹੜੇ ਕੇਂਦਰ ਵਾਲੇ ਪਾਸੇ ਅਗਲੀ ਵਾਰੀ ਫਾਈਲ ਦੇ ਵਿੱਚ ਲਿਖ ਕੇ ਜਾਣਗੇ, ਤੇ ਕੇਂਦਰ ਸਰਕਾਰ ਉਸ ਆਧਾਰ 'ਤੇ ਕੋਈ ਫੈਸਲਾ ਲਏਗੀ। ਸੁਣਿਆ ਇਹ ਗੱਲ ਛੋਟੀ ਜਿਹੀ ਤੇ ਹੋਰ ਹੈ, ਗਵਰਨਰ ਸਾਹਿਬ ਜਿਹੜਾ ਇਹ ਦੌਰਾ ਕਰਦੇ ਪਏ ਨਾ, ਇਹ ਆਪ ਨਹੀਂ ਕਰਦੇ, ਇਹ ਕਿਸੇ ਦੇ ਇਸ਼ਾਰਿਆਂ ਤੇ ਦੌਰਾ ਹੋ ਰਿਹਾ, ਇਹ ਕੇਂਦਰ ਵਾਲੇ ਇਸ਼ਾਰਿਆਂ ਤੇ ਦੌਰਾ ਹੋ ਰਿਹਾ। ਕੱਲ ਨੂੰ ਜਦੋਂ ਪੰਜਾਬ ਦੇ ਵਿੱਚ ਚਰਚਾ ਚੱਲਣੀ ਹੈ ਕਿ ਇੱਥੇ ਥੋੜਾ ਜਿਹੜਾ ਮਾਹੌਲ ਵੀ ਖਰਾਬ ਹੁੰਦਾ ਲੱਗਦਾ, ਤੇ ਇਹੀ ਉਹ ਫਾਈਲਾਂ ਹੋਣੀਆਂ ਨੇ ਜਿਹੜੀਆਂ ਸਭ ਤੋਂ ਮੋਹਰੇ ਨੱਥੀ ਹੋ ਕੇ ਟੇਬਲ ਤੇ ਪਈਆਂ ਹੋਣੀਆਂ ਕਿ ਆਹ ਦੇਖੋ ਜੀ ਗਵਰਨਰ ਸਾਹਿਬ ਨੇ ਰਿਪੋਰਟ ਭੇਜੀ ਹੈ, ਤੇ ਰਾਸ਼ਟਰਪਤੀ ਰਾਜ ਕਿਤੇ ਲਗਾਉਣ ਦੀ ਤਿਆਰੀ ਨਾ ਕਰ ਲਈ ਜਾਵੇ, ਚਰਚਾ ਚੱਲਦੀ ਪਈ ਹੈ, ਗੱਲ ਉੱਧਰ ਨੂੰ ਵੀ ਜਾਂਦੀ ਲੱਗਦੀ ਪਈ ਹੈ ਜੀ। ਗੱਲ ਤਾਂ ਦੂਰ ਤੱਕ ਜਾਣੀ ਹੈ ਜੀ, ਤੇ ਜੀਤਮਿੰਦਰ ਸਿੰਘ ਹੋਰੇ ਕਿੰਨੀ ਕੁ ਦੂਰ ਹੋ ਗਏ ਜੀ ਅਕਾਲੀ ਦਲ ਚੋਂ? ਜੀਤਮਿੰਦਰ ਹੋਰੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋ ਗਏ, ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਕੱਲ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਵਾਲ ਪੁੱਛਿਆ ਸੀ, ਕਿਉਂ ਨਾ ਤੁਹਾਨੂੰ ਪਾਰਟੀ ਚੋਂ ਕੱਢ ਦਿੱਤਾ ਜਾਵੇ, ਕਿਉਂ ਨਾ ਕੱਢਿਆ ਜਾਵੇ, ਪੁੱਛਿਆ ਸੀ, ਤਾਂ ਉਸ ਵੇਲੇ ਤਾਂ ਕੋਈ ਬੋਲੇ ਨਹੀਂ, ਪਰ ਪਤਾ ਲੱਗ ਗਿਆ ਸੀ, ਲਓ ਜੀ ਨੰਬਰ ਆ ਗਿਆ ਅਚਾਨਕ ਹੀ। ਹੁਣ ਸਾਬਕਾ ਵਿਧਾਇਕ ਜੀਤਮਿੰਦਰ ਸਿੰਘ ਸਿੱਧੂ ਜਿਹੜੇ 4 ਵਾਰ ਵਿਧਾਇਕ ਰਹੇ ਆ ਤਲਵੰਡੀ ਸਾਬੋ ਤੋਂ, ਸਭ ਤੋਂ ਪਹਿਲਾਂ ਜਿਨ੍ਹਾਂ ਨੇ ਚੋਣ ਲੜੀ ਸੀ, ਹੁਣ ਉਹਨਾਂ ਨੇ ਵੀ ਅੱਜ ਦੱਸ ਦਿੱਤਾ ਕਿ ਭਾਈ ਹੁਣ ਪਾਰਟੀ ਨਾਲ ਤਾਂ ਬਹੁਤਾ ਸੰਬੰਧ ਨਹੀਂ ਗਾ। ਵੈਸੇ ਸਕਨੈਪ ਜੀ ਸਿਆਸਤ ਵਿੱਚ ਹੁੰਦੀ ਤਾਂ ਤਿਲਕਣਬਾਜ਼ੀ ਹੈ, ਕਦੀ ਸ਼੍ਰੋਮਣੀ ਅਕਾਲੀ ਦਲ ਵਿੱਚ, ਕਦੀ ਆਜ਼ਾਦ ਉਮੀਦਵਾਰ ਜਦੋਂ, ਕਦੀ ਕਾਂਗਰਸ ਦੇ ਵਿੱਚ ਜਾਣਾ, ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ।
1995 ਦੇ ਵਿੱਚ ਇਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਸਿਵਲ ਇੰਜੀਨੀਅਰਿੰਗ ਦੀ। ਉਸ ਤੋਂ ਬਾਅਦ 1997 ਦੇ ਵਿੱਚ ਸਿੱਧਾ ਹੀ ਸਿਆਸੀ ਸਫ਼ਰ ਸ਼ੁਰੂ ਜਦੋਂ ਕੀਤਾ ਤੇ ਬਠਿੰਡੇ ਵਾਲੇ ਪਾਸੇ ਆ ਕੇ ਇਹਨਾਂ ਨੇ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। 1997 ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਬਣ ਕੇ ਹਲਕਾ ਤਲਵੰਡੀ ਸਾਬੋ ਤੋਂ ਚੋਣ ਲੜੀ ਪਰ ਹਾਰ ਗਏ। ਉਸ ਤੋਂ ਬਾਅਦ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ 2002 ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਤੇ ਉੱਥੇ ਵੀ ਥੋੜੀਆਂ ਜਿਹੀਆਂ ਦੂਰੀਆਂ ਪੈਗੀਆਂ ਸੀ, ਪਰ ਆਜ਼ਾਦ ਉਮੀਦਵਾਰ ਦੇ ਤੌਰ ਤੇ 2002 ਦੇ ਵਿੱਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ। ਇਹਨਾਂ ਦਾ ਤੇ ਇਹੀ ਕਹਿਣਾ ਕਿ ਲੋਕਾਂ ਦਾ ਇਕੱਠ ਸੀਗਾ, ਲੋਕਾਂ ਦਾ ਮੇਰੇ ਨਾਲ ਸਾਥ ਸੀਗਾ ਤੇ ਇਮਾਨਦਾਰੀ ਮਿਲੀ ਸੀ ਜਿਹਦੇ ਕਰਕੇ ਮੈਂ ਜਿੱਤਦਾ ਰਿਹਾ। ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹੋ ਗਏ ਕਿਉਂਕਿ ਜਦੋਂ ਬੰਦਾ ਆਜ਼ਾਦ ਜਿੱਤਿਆ ਹੁੰਦਾ ਸਿੱਧੇ ਤੌਰ ਤੇ ਨਹੀਂ ਸ਼ਾਮਿਲ ਹੋ ਸਕਦਾ ਪਾਰਟੀ ਦੇ ਵਿੱਚ, ਇਹਦਾ ਸੀਟ ਛੱਡਣੀ ਪੈਂਦੀ ਹੈ। ਪਰ ਇੱਥੇ ਇਹਨਾਂ ਨੇ ਨਜ਼ਦੀਕੀਆਂ ਨਾਲ ਲੱਗੀਆਂ, ਸ਼੍ਰੋਮਣੀ ਅਕਾਲੀ ਦਲ ਨਾਲ ਦੂਰੀਆਂ ਬਣਦੀਆਂ ਗਈਆਂ ਤਾਂ ਫਿਰ ਗਤੀਵਿਧੀਆਂ ਕਾਂਗਰਸ ਦੀਆਂ ਦੇ ਵਿੱਚ ਹਮੇਸ਼ਾ ਹੀ ਹਿੱਸਾ ਲੈਂਦੇ ਰਹੇ। ਫਿਰ ਉਸ ਤੋਂ ਬਾਅਦ ਅਗਲੀ ਵਾਰ ਫਿਰ ਵਿਧਾਇਕ ਬਣ ਗਏ 2000 ਜਦੋਂ 12 ਦੇ ਵਿੱਚ ਦੇਖਿਆ ਹੁਣ ਕਾਂਗਰਸ ਦੀ ਸਰਕਾਰ ਚੱਲੀ ਆ ਤੇ ਉਸ ਵੇਲੇ ਕਾਂਗਰਸ ਦੇ ਛੱਡ ਕੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ। 2014 ਜਦੋਂ ਬਾਈਪੋਲ ਦੀ ਚੋਣ ਹੋਈ ਸੀ ਤੇ ਉਸ ਵੇਲੇ ਫਿਰ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਤੇ ਸੁਖਨੈਬ ਜੀ ਇਹ ਜਿਹੜੀਆਂ ਗੱਲਾਂ ਸੀਗੀਆਂ ਇਹਨਾਂ ਦੇ ਸਿਆਸੀ ਸਫ਼ਰ ਦੀਆਂ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਕਈ ਵੇਲੇ ਦਾ ਇਸ ਤਰ੍ਹਾਂ ਦਾ ਸਮਾਂ ਆਇਆ ਜਿਹੜੀਆਂ ਇਹਨਾਂ ਦੀਆਂ ਨਜ਼ਦੀਕੀਆਂ ਬਣੀਆਂ ਪਰ ਕਿਸੇ ਵੇਲੇ ਦੂਰੀਆਂ ਬਣਦੀਆਂ ਰਹੀਆਂ। ਦੂਰੀਆਂ ਬਣਨ ਦਾ ਮੁੱਖ ਕਾਰਨ ਕੀ ਸੀ? ਇਹ ਕਹਿੰਦੇ ਇਹ ਦੋਸ਼ ਲਗਾਇਆ ਇਹਨਾਂ ਨੇ ਕਿ ਡਿਕਟੇਟਰਸ਼ਿਪ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਦੀ ਵੀ ਗੱਲ ਨਹੀਂ ਸੁਣੀ ਜਾ ਰਹੀ ਹੁਣ ਨਵੇਂ ਵਰਕਰਾਂ ਦੀ ਵੀ ਪੁਰਾਣਿਆਂ ਦੀ ਵੀ। ਇਹ ਕਹਿੰਦੇ ਪਏ ਆ ਕਿ ਸਿੱਧੇ ਰੂਪ 'ਚ ਪਾਰਟੀ ਦੇ ਪ੍ਰਧਾਨ ਜੋ ਕਹਿੰਦੇ ਪਏ ਗੱਲ ਉਹੀ ਹੁੰਦੀ ਹੈ। ਵੈਸੇ ਇਹਨਾਂ ਦੇ ਉੱਪਰ ਦੋਸ਼ ਕੀ ਲੱਗਾ ਸੀ ਕਿ ਇਹਨਾਂ ਨੇ ਪਾਰਟੀ ਦੇ ਵਿਰੁੱਧ ਗਤੀਵਿਧੀਆਂ ਕੀਤੀਆਂ, ਇਹਨਾਂ ਨੇ ਕਿਤੇ ਨਾ ਕਿਤੇ ਪਾਰਟੀ ਦੇ ਜਿਹੜੇ ਫੈਸਲੇ ਸੀ ਉਹ ਤੋਂ ਆਪਣਾ ਰਸਤਾ ਅਲੱਗ ਕੀਤਾ। ਪਰ ਮਹਿੰਦਰ ਸਿੰਘ ਸਿੱਧੂ ਤਾਂ ਇਹ ਗੱਲ ਕਹਿ ਰਹੇ ਆ ਕਿ ਮੈਂ ਕਦੀ ਵੀ ਕਿਸੇ ਦੇ ਖਿਲਾਫ਼ ਨਹੀਂ ਗੱਲ ਕੀਤੀ, ਕਦੀ ਮੇਰਾ ਕਿਸੇ ਨੇ ਪੱਖ ਸੁਣਿਆ ਹੀ ਨਹੀਂ। ਸਭ ਤੋਂ ਵੱਡੀ ਗੱਲ ਇਹ, ਛੋਟੀ ਜਿਹੀ ਗੱਲ ਜਿਹੜੀ ਉਹਨੇ ਕਹੀ ਚਾਰ ਸ਼ਬਦਾਂ ਦੀ ਕਿ ਮੇਰਾ ਕਿਸੇ ਨੇ ਪੱਖ ਨਹੀਂ ਸੁਣਿਆ, ਇਹਦਾ ਮਤਲਬ ਬਿਲਕੁਲ ਕਿਨਾਰੇ ਕਰ ਦਿੱਤਾ ਗਿਆ ਸੀ, ਮੇਰੀ ਕਿਸੇ ਨੇ ਗੱਲ ਨਹੀਂ ਕੀਤੀ। ਅੱਜ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਮੈਨੂੰ ਜ਼ਰੂਰ ਬੁਲਾਉਂਦੇ ਕਹਿੰਦੇ। ਪ੍ਰਕਾਸ਼ ਸਿੰਘ ਬਾਦਲ ਹੀ ਸੱਜੀ ਬਾਂਹ ਦੇ ਤੌਰ ਤੇ ਕਿਉਂ ਕਰਦੇ ਸੀ? ਉਹ ਵੱਖਰੀ ਗੱਲ ਹੈ ਕਿ ਇੱਕ ਵੇਲਾ ਇਸ ਤਰ੍ਹਾਂ ਦਾ ਹੈ ਜਦੋਂ ਗੱਲ ਇਹ ਵੀ ਹੈ ਨਾ ਦੇ ਕਿ ਖਿਲਾਫ ਲੀਡਰ ਹੈਲੀਕਾਪਟਰ ਤਾਂ ਪੂਰੇ ਧੜੱਲੇ ਵਾਲੇ ਸੀਗੇ ਜੀ, ਜਿਹੜੀ ਜਿਹੜੀ ਗੱਲ ਉੱਥੇ ਠੋਕ ਕੇ ਕਰਦੇ ਸੀ। ਪਰ ਇਹ ਹੈ ਕਿ ਕੈਪਟਨ ਹੋਰਾਂ ਦੇ ਨਾਲ ਜਿਹੜੀ ਜਾਰੀ ਸੀ ਉਹ ਨਹੀਂ ਇਹਨਾਂ ਦੀ ਟੁੱਟ ਸਕੀ, ਨੇੜ ਤਾਂ ਰਹੀ ਰਹੀ। ਬਿਲਕੁਲ ਸੁਖਨੈਬ ਜੀ, ਇਹੀ ਤਾਂ ਸਿਆਸੀ ਤੌਰ ਦੇਖੋ ਸਿਆਸਤ ਦੇ ਵਿੱਚ ਹੁੰਦੀਆਂ ਇਹ ਚੀਜ਼ਾਂ ਨੇ, ਜਿੱਦਾਂ ਅਫਸਰ ਚਾਹੀ ਕਿਸੇ ਨਾ ਕਦੀ ਵਿਗਾੜਦੀ ਨਹੀਂ ਨਾ ਹੁੰਦੀ। ਕੁਛ ਕੁ ਸਿਆਸਤਦਾਨ ਹੁੰਦੇ ਆ ਪਾਰਟੀ ਭਾਵੇਂ ਇਹੀ ਹੋਵੇ ਪਰ ਉਹਨਾਂ ਦੀ ਸਾਂਝ ਦੂਜੇ ਸਿਆਸਤਦਾਨਾਂ ਨਾਲ ਵੀ ਰਹਿੰਦੀ ਹੈ। ਸੁਨੀਲ ਜਾਖੜ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਉਹਨਾਂ ਸਿਆਸਤਦਾਨਾਂ ਦੇ ਵਿੱਚ ਇੱਕ ਆ। ਜਿੱਦਾਂ ਮਰਜ਼ੀ ਹੁਣ ਰਿਸ਼ਤੇ, ਇਸ ਵੇਲੇ ਵੀ ਕਾਂਗਰਸ ਦੇ ਕਈ ਲੀਡਰਾਂ ਦੇ ਨਾਲ ਉਹਨਾਂ ਦੀ ਨੇੜਤਾ ਹੈਗੀ ਆ। ਉਹ ਜਦੋਂ ਆਪਣੀ ਨੇੜਤਾ ਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਅਲੱਗ ਰੱਖਦੇ ਆ, ਸਿਆਸਤ ਦੇ ਵਿੱਚ ਬਹੁਤ ਕੁਛ ਹੁੰਦਾ ਰਹਿੰਦਾ। ਪਰ ਇਹਨਾਂ ਨੇ ਆਪਣਾ ਜੋ ਵੀ ਪੱਖ ਸੀਗਾ ਉਹ ਅੱਜ ਰੱਖ ਦਿੱਤਾ। ਦੇਖੋ ਵਖਰੇਵੇਂ ਤਾਂ ਸੁਖਨੈਬ ਜੀ ਉਦੋਂ ਵੀ ਹੋਏ ਸੀ 2013-14 ਚ ਜਦੋਂ ਇਹਨਾਂ ਨੇ ਜਹਾਜ਼ ਦੀ ਫੋਟੋ ਵਾਇਰਲ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਤਾਂ ਰੌਲਾ ਬਹੁਤ ਪੈ ਹੀ ਗਿਆ ਸੀ। ਅੱਜ ਤੱਕ ਖੁੱਲ੍ਹ ਕੇ ਕਦੀ ਬੋਲੇ ਨੀ ਭਾਵੇਂ ਉਸ ਮਸਲੇ ਤੇ, ਤਸਵੀਰਾਂ ਬਾਅਦ ਚ ਡਿਲੀਟ ਵੀ ਕਰ ਦਿੱਤੀਆਂ ਸੀਗੀਆਂ। ਪਰ ਰੌਲਾ ਇਹੀ ਹੈ ਕਿ ਜੀ ਧਮਿੰਦਰ ਸਿੱਧੂ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ 2014 ਵਿੱਚ ਸ਼੍ਰੋਮਣੀ ਅਕਾਲੀ ਦੇ ਵਿੱਚ ਸ਼ਾਮਿਲ ਹੋਏ ਸੀ ਤੇ ਅੱਜ ਪ੍ਰੈਸ ਕਾਨਫਰੰਸ ਉਸੇ ਤਰ੍ਹਾਂ ਦੀ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੋ ਗਏ ਆ। ਇੱਕ ਗੱਲ ਇਹਨਾਂ ਨੇ ਬਾਰ ਬਾਰ ਜ਼ੋਰ ਦੇ ਕੇ ਕਹੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਿਤਾ ਵਾਂਗ ਮੈਨੂੰ ਪਿਆਰ ਕਰ, ਮੇਰਾ ਪਿਆਰ ਉਹਨਾਂ ਪਿਤਾ ਵਾਂਗ ਹੀ ਸੀਗਾ। ਤੇ ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਬਾਦਲ ਜਦੋਂ ਚੋਣ ਲੜ ਰਹੇ ਸੀ ਤਾਂ ਅਕਾਲੀ ਦਲ ਨੂੰ ਉਹਨਾਂ ਦੀ ਲੋੜ ਸੀ ਪਰ ਉਸ ਵੇਲੇ ਕਹਿੰਦੇ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਚਲੋ ਉਹ ਦਿਲ ਦੀਆਂ ਗੱਲਾਂ ਸੀਗੀਆਂ, ਸ਼ਿਕਵੇ ਸੀਗੇ, ਅੱਜ ਸਾਰੇ ਦੂਰ ਹੋ ਗਏ। ਹੁਣ ਕਾਂਗਰਸ ਵਿੱਚ ਜਾਣਗੇ ਜਾਂ ਫਿਰ ਬੀਜੇਪੀ 'ਚ ਜਾਣਗੇ ਇਹ ਆਉਣ ਵਾਲਾ ਸਮਾਂ ਦੱਸੇਗਾ। ਕਿਸੇ ਨਾ ਕਿਸੇ ਪਾਸੇ ਤਾਂ ਜ਼ਰੂਰ ਜਾਣਗੇ। ਇੱਕ ਚਰਚਾ ਵੱਖਰੇ ਤਰ੍ਹਾਂ ਦੀ ਚੱਲਦੀ, ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਸਿਆਸਤਦਾਨਾਂ ਦੇ 2-4 ਗੇੜੇ ਨਾ ਸੁਖਨੈਬ ਜੀ ਲੱਗੇ ਮਨਾਉਣ ਦੇ ਲਈ, ਸਿਆਸਤਦਾਨਾਂ ਦੇ ਗੇੜੇ 2-4 ਨਾ ਲੱਗੇ ਕਿ ਸਾਡੀ ਪਾਰਟੀ 'ਚ ਆਉਣ ਦੇ ਲਈ, ਤਾਂ ਫਿਰ ਸਿਆਸਤਦਾਨ ਦਾ ਮੁੱਲ ਕਾਹਦਾ ਹੋਇਆ? ਸਹੀ ਆ। ਤੇ ਫਿਰੋਜ਼ਪੁਰ ਦੇ ਵਿੱਚ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਵੀ ਫੜਿਆ ਗਿਆ ਜੀ, ਐਂ ਵੀ ਹੁੰਦਾ? ਬਿਲਕੁਲ ਸੁਖਨੈਬ ਜੀ, ਚੱਲਦਾ ਕੀ ਨੀਗਾ, ਇੱਥੇ ਸਾਰਾ ਕੁਛ ਚੱਲਦਾ। ਕੱਲ ਅਸੀਂ ਪ੍ਰੋਗਰਾਮ 'ਚ ਗੱਲ ਕਰਦੇ ਪਏ ਸੀ, ਮੈਂ ਅਮਨ ਜੀ ਹੁਣਾਂ ਨਾਲ ਵੀ ਮੁੱਦੇ ਤੇ ਵਿਚਾਰਿਆ ਸੀ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਨਸ਼ਾ ਛਡਾਊ ਕੇਂਦਰ ਨੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਚੱਲਦੇ ਆ। ਕੱਲ ਜਦੋਂ ਅਸੀਂ ਵੀ ਇੱਕ ਪ੍ਰੋਗਰਾਮ ਕੀਤਾ ਸੀ ਤਾਂ ਉਹਦੇ ਵਿੱਚ ਲੋਕਾਂ ਨੇ ਕਮੈਂਟ ਕਰਕੇ ਸਾਨੂੰ ਹੀ ਗਾਲਾਂ ਕੱਢਦੇ ਸੀ ਕਿ ਪਤਾ ਨੀ ਕੀ ਬੋਲਦੇ ਰਹਿੰਦੇ ਆ, ਪੰਜਾਬ ਦੇ ਵਿੱਚ ਇੱਦਾਂ ਕੋਈ ਗੱਲ ਹੀ ਹੈ ਨੀ, ਕਿ ਭਾਰਤ ਵਿੱਚ ਗੱਲ ਹੀ ਹੈ ਨੀ, ਆਪਣੇ ਕੋਲੇ ਮੀਡੀਆ ਹਵਾ ਦਿੰਦਾ ਪਿਆ। ਅੱਜ ਇਹ ਗੱਲ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਫਿਰੋਜ਼ਪੁਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਨਸ਼ਾ ਛਡਾਊ ਕੇਂਦਰ ਹੈ, 15,000 ਰੁਪਈਆ ਉਹਨਾਂ ਨੌਜਵਾਨਾਂ ਤੋਂ ਵਸੂਲਿਆ ਜਾ ਰਿਹਾ ਸੀ ਜਿਹੜੇ ਉੱਥੇ ਨਸ਼ਾ ਛੱਡਣ ਲਈ ਆਉਂਦੇ ਸੀਗੇ। ਸੁਖਨੈਬ ਜੀ ਵੱਡੀ ਗੱਲ ਇੱਥੇ ਹੈ
ਕਿ ਇੱਥੇ ਨਾ ਹੀ ਕੋਈ ਡਾਕਟਰ ਸੀਗਾ, ਨਾ ਹੀ ਨਰਸ ਸੀ, ਨਾ ਹੀ ਕੋਈ ਕੰਪਾਊਂਡਰ ਸੀਗਾ, ਨਾ ਕਿਸੇ ਤਰ੍ਹਾਂ ਦਾ ਕੋਈ ਸਹਾਇਕ ਰੱਖਿਆ ਸੀ ਤਾਂ ਕਿ ਇਹਨਾਂ ਨੌਜਵਾਨਾਂ ਦਾ ਖਿਆਲ ਰੱਖਿਆ ਜਾਵੇ। ਕਹਿੰਦੇ ਕਿ ਇੱਕ ਕਮਰਾ ਸੀ, ਜੀ ਉਸ ਦੋ ਕਮਰੇ ਸੀਗੇ, ਦੋ ਕਮਰਿਆਂ ਦੇ ਵਿੱਚ 36 ਨੌਜਵਾਨਾਂ ਨੂੰ ਕੈਦ ਕਰਕੇ ਰੱਖਿਆ ਸੀ। ਨਾ ਤਾਂ ਸਹੀ ਤਰੀਕੇ ਨਾਲ ਢੰਗ ਸੀਗਾ ਨਹਾਉਣ ਦਾ, ਤਾਂ ਤੁਸੀਂ ਦੂਰ ਦੀ ਗੱਲ ਛੱਡੋ, ਬਾਥਰੂਮ ਟਾਇਲਟ ਜਾਣ ਲਈ ਵੀ ਕੋਈ ਵਿਵਸਥਾ ਨਹੀਂ ਸੀ। ਬਦਬੂ ਮੁਸ਼ਕ ਇੰਨਾ ਸੀ ਕਿ ਕਮਰਿਆਂ ਦੇ ਵਿੱਚ ਜਾਣਾ ਔਖਾ ਸੀਗਾ। ਇਹ ਸਿਹਤ ਵਿਭਾਗ ਦੇ ਲੋਕ ਕਹਿ ਰਹੇ ਇਹਨਾਂ ਦੇ ਵਿੱਚੋਂ ਕੁਛ ਬਿਮਾਰ ਹੋ ਕੇ ਉੱਥੋਂ ਨਿਕਲੇ ਆ, ਤੇ 15,000 ਰੁਪਇਆ ਕਾਹਦਾ ਲੈ ਰਹੇ ਸੀਗੇ। ਅਸੀਂ ਨਹੀਂ ਕਹਿੰਦੇ ਕਿ 15,000 ਰੁਪਇਆ ਕਾਹਦਾ ਲੈ ਰਹੇ ਸੀ, ਪਰ ਮਸਲਾ ਇਹ ਸੀਗਾ ਜੇਕਰ ਤੁਸੀਂ ਪੈਸੇ ਲੈ ਵੀ ਰਹੇ ਸੀਗੇ ਤੇ ਉਸ ਤਰ੍ਹਾਂ ਦੀ ਨਸ਼ਾ ਛਡਾਊ ਕੇਂਦਰ ਦੇ ਵਿੱਚ, ਜਿੱਦਾਂ ਕੁਸ਼ਕ ਦੇ ਵਿੱਚ ਇਹ ਹੁੰਦਾ ਕਿ ਦਵਾਈਆਂ ਦੇਣੀਆਂ, ਕੁਸ਼ਕ ਦੇ ਵਿੱਚ ਇਹ ਹੁੰਦਾ ਬੰਦਾ ਨਸ਼ਾ ਕਿਸੇ ਤਰੀਕੇ ਨਾਲ ਛੱਡ ਦੇਵੇ, ਅਸੀਂ ਇਹਨਾਂ ਦਾ ਸਾਥ ਦੇਵਾਂਗੇ। ਸਨੈਪ ਜੀ, ਇਹਦੇ ਬਾਰੇ ਤਾਂ ਮੈਂ ਦੂਸਰੀ ਗੱਲ ਕਹਿਣੀ ਚਾਹੁੰਦਾ ਕਿ ਨਸ਼ਾ ਛਡਾਊ ਕੇਂਦਰ ਖੋਲਣ ਦੀ ਸਾਨੂੰ ਜ਼ਰੂਰਤ ਹੀ ਕਿਉਂ ਪਵੇ? ਸਹੀ, ਸਾਨੂੰ ਕੁਛ ਕਰਨਾ ਹੀ ਇੱਦਾਂ ਚਾਹੀਦਾ। ਸਾਨੂੰ ਕਿਉਂ ਨਹੀਂ ਅਸੀਂ ਮਨੋਵਿਗਿਆਨੀ ਕੇਂਦਰ ਖੋਲਦੇ? ਪਤਾ ਨਹੀਂ ਕਿੰਨੀ ਵਾਰ ਅਸੀਂ ਇਸ ਮੁੱਦੇ ਤੇ ਚਰਚਾ ਕਰ ਚੁੱਕੇ ਹਾਂ ਕਿ ਮਨੋਵਿਗਿਆਨੀ ਕੇਂਦਰ ਖੋਲੇ ਜਾਣ, ਕਾਉਂਸਲਿੰਗ ਕੀਤੀ ਜਾਵੇ। ਬਹੁਤਾ ਨਹੀਂ, ਥੋੜਾ ਜਿਹਾ ਫਰਕ ਤਾਂ ਪਊਗਾ, ਥੋੜਾ ਜਿਹਾ ਤਾਂ ਪਏਗਾ ਨਾ, ਪਰ ਨਹੀਂ ਇੱਧਰ ਧਿਆਨ ਨਹੀਂ ਦਿੱਤਾ ਜਾਂਦਾ। ਦੂਸਰੇ ਪਾਸੇ ਦੇਖੋ ਜੀ, ਨਾ ਉੱਥੇ ਡਾਕਟਰ ਸੀਗੇ, ਨਾ ਉੱਥੇ ਕੋਈ ਸੈਂਟਰ ਦੇ ਵਿੱਚ ਨਰਸ ਸੀਗੀ। ਇਹਨਾਂ ਨੂੰ ਕੁੱਟਮਾਰ ਵੀ ਹੁੰਦੀ ਸੀ, ਇਹਨਾਂ ਦੀਆਂ ਕੋਹਣੀਆਂ, ਗਿੱਟੇ, ਗੋਡੇ ਸਾਰੇ ਛਿੱਲੇ ਦਿਖਾਈ ਦਿੱਤੇ ਆ। ਹੁਣ ਉੱਥੇ ਕਿਹੜਾ ਕੋਈ NCC ਦੇ ਕੈਡਰ ਸੀਗੇ, ਕੋਹਣੀਆਂ ਭਰ ਕਰੋਲਿੰਗ ਕਰੋ ਤੇ ਅੱਧੀਆਂ ਕੋਹਣੀਆਂ ਛਿੱਲ ਹੋ ਜਾਂਦੀਆਂ। ਇਹ ਕਿਹੜਾ TSC ਦਾ ਕੈਂਪ ਲਗਾਉਣ ਗਏ ਸੀਗੇ NCC ਦਾ, ਕਿ ਉੱਥੇ ਸੱਤ ਸੱਤ ਦਸ ਦਸ ਫੁੱਟ ਦੀਆਂ ਕੰਢਾਂ ਟਪਾਉਂਦੇ ਨੇ ਤੇ ਕੋਹਣੀਆਂ ਨਾਲ ਟੱਪ ਹੁੰਦੀਆਂ? ਇੱਥੇ ਕਿਹੜੀ ਟ੍ਰੇਨਿੰਗ ਸੀ ਕਿਸੇ ਤਰ੍ਹਾਂ ਦੀ ਕੋਈ? ਇੱਥੇ ਤਾਂ ਸਿਰਫ ਇਹ ਸੀਗਾ ਕਿ ਨਸ਼ਾ ਕਿਸੇ ਤਰੀਕੇ ਨਾਲ ਛਡਾਉਣਾ। ਪੰਜਾਬ ਦੇ ਵਿੱਚ ਸਕਨੈਪ ਜੀ, ਦੁਆਬੇ ਏਰੀਏ ਵਿੱਚ ਦੋ ਇਸ ਤਰ੍ਹਾਂ ਦੇ ਕੇਂਦਰ ਨੇ ਜਿਹਨਾਂ ਦੀ ਬਹੁਤ ਜ਼ਿਆਦਾ ਚਰਚਾ ਚੱਲਦੀ ਹੈ। ਕਿ ਟਾਂਡੇ 'ਚ ਪੈਂਦਾ ਸੀਗਾ ਤੇ ਇੱਕ ਹੁਸ਼ਿਆਰਪੁਰ 'ਚ ਪੈਂਦਾ ਸੀ, ਕਿ ਉੱਥੇ ਕੁੱਟਮਾਰ ਕਰਕੇ ਨੌਜਵਾਨਾਂ ਨੂੰ ਨਸ਼ਾ ਛਡਾਇਆ ਜਾ ਰਿਹਾ। ਮੈਂ ਹੋਰ ਦੱਸਦਾ, ਅੱਜ ਕੱਲ੍ਹ ਦੁਆਬੇ ਵਿੱਚ ਇੱਕ ਚਰਚਾ ਚੱਲਦੀ ਪਈ ਹੈ ਤੇ ਮਾਲਵੇ ਵਿੱਚ ਵੀ ਇਸ ਤਰ੍ਹਾਂ ਦੇ ਹੈਗੇ ਆ। ਕੁਛ ਕੁ ਨਿਹੰਗ ਸਿੰਘ ਨੇ ਕਹਿੰਦੇ ਉਹ ਵੀ ਨਸ਼ਾ ਛਡਾਉਣ ਦਾ ਕੰਮ ਕਰਦੇ ਪਏ, ਅੱਧੀ ਰਾਤ ਨੂੰ ਪਰਿਵਾਰ ਨੂੰ ਪੁੱਛਦੇ ਤੁਹਾਡਾ ਬੱਚਾ ਸੁੱਤਾ ਪਿਆ, ਐਨ ਚੱਕੇ ਲੈ ਜਾਂਦੇ ਆ, ਕਿੱਥੇ ਜਾਂਦੇ ਕਿਸੇ ਨੂੰ ਪਤਾ ਨਹੀਂ ਹੁੰਦਾ, ਤੇ 4 ਮਹੀਨੇ ਮਿਲ ਨਹੀਂ ਦਿੰਦੇ, 4 ਮਹੀਨੇ ਬਿਲਕੁਲ ਪਰਿਵਾਰ ਦੇ ਨਾਲ ਮਿਲ ਨਹੀਂ ਦੇਣਾ। 6 ਕਹਿੰਦੇ ਅਸੀਂ ਸਿਮਰਨ ਕਰਾਵਾਂਗੇ, ਪਾਠ ਕਰਾਵਾਂਗੇ, ਇਹਨਾਂ ਸਾਰਾ ਕੁਛ ਮਤਲਬ ਧਰਮ ਦੇ ਨਾਲ ਮਿਲ ਜੁਲ ਕੇ ਜੋ ਵੀ ਸਾਨੂੰ ਸਹੀ ਲੱਗੇਗਾ ਅਸੀਂ ਇਹਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰਾਂਗੇ। ਚਲੋ ਜੇ ਏਦਾਂ ਛੱਡਦਾ ਬੰਦਾ, ਮਤਲਬ ਦਾ ਪਰਿਵਾਰ ਨਾਲ ਹੁੰਦਾ ਕਿ ਨਸ਼ਾ ਛੱਡਣ ਕਿਸੇ ਤਰੀਕੇ ਨਾਲ, ਪਰ ਸਨੈਪ ਜੀ ਗਰੰਟੀ ਤਾਂ ਨਹੀਂ ਕੋਈ ਲੈਂਦਾ ਨਾ ਕਿਸੇ ਵੀ ਚੀਜ਼ ਦੀ। ਇੱਥੇ ਤਾਂ ਮੈਂ ਹੁਣੇ ਅੰਕੜਾ ਦੱਸ ਕੇ ਹਟਿਆ ਕਿ 9 ਲੱਖ ਬੰਦਾ ਰਜਿਸਟਰਡ ਹੋਇਆ ਹੋਵੇ, ਸਿਰਫ 4800 ਨੇ ਛੱਡਿਆ ਹੋਵੇ, 4800 ਦੇ ਵਿੱਚ ਪਤਾ ਨਹੀਂ ਬਾਹਰ ਆ ਕੇ ਕਿੰਨੇ ਲੱਗੇ ਹੋਣੇ ਆ। ਗੁਰਦਾਸਪੁਰ ਦੇ ਵਿੱਚ ਤੁਹਾਨੂੰ ਹੈਰਾਨ ਕਰਨ ਦੀ ਗੱਲ ਦੱਸਦਾ, ਗੁਰਦਾਸਪੁਰ ਦੇ ਵਿੱਚ ਸਨੈਪ ਜੀ ਘਰ ਵਾਲਾ ਤੇ ਘਰ ਵਾਲੀ 22 ਲੱਖ ਰੁਪਏ ਦਾ ਚਿੱਟਾ ਪੀ ਗਏ, 22 ਲੱਖ ਰੁਪਏ ਦਾ ਅੰਕੜਾ। ਦੇਖੋ ਜਲੰਧਰ ਵਿੱਚ ਮੁੰਡਾ ਇਸ ਵੇਲੇ ਇੱਕ ਜਿੰਮ ਚਲਾ ਰਿਹਾ, ਹੁਣ ਉਹ ਜਿੰਮ ਜਿਹੜਾ ਹੈ ਉਹਨੇ 3 ਜਿੰਮ, ਇੱਕ ਚੰਡੀਗੜ੍ਹ ਖੋਲਿਆ ਤੇ 2 ਜਲੰਧਰ ਦੇ ਵਿੱਚ ਆ ਸ਼ਾਇਦ। ਉਹ ਨੌਜਵਾਨ ਆਪਣੇ ਮੂੰਹੋਂ ਦੱਸਦਾ, ਕਹਿੰਦਾ ਮੈਂ 31 ਲੱਖ ਰੁਪਏ ਦਾ ਨਸ਼ਾ ਖਾ ਗਿਆ, 31 ਲੱਖ ਰੁਪਏ ਦਾ। ਹੁਣ ਥੋੜਾ ਹੁੰਦਾ ਇੰਨਾ ਨਸ਼ਾ? ਤੇ ਕਪੂਰਥਲੇ ਦੇ ਵਿੱਚੋਂ ਵੀ ਜਦੋਂ ਇਹ ਖਬਰਾਂ ਆਉਂਦੀਆਂ ਨੇ ਕਿ ਉੱਥੇ ਵੀ 10 ਲੱਖ ਰੁਪਏ ਦਾ ਨੌਜਵਾਨ ਕਹਿੰਦਾ ਕਿ ਮੈਂ ਆਪਣੀ ਦੋਸਤ ਦੇ ਨਾਲ ਮਿਲ ਕੇ ਚਿੱਟਾ ਪੀ ਗਿਆ, ਤੇ ਤੁਸੀਂ ਅੰਦਾਜ਼ਾ ਲਗਾਓ ਕਿ ਪੰਜਾਬ ਦੀ ਨੌਜਵਾਨੀ ਪੀੜ੍ਹੀ ਜਾਂਦੀ ਕਿੱਧਰ ਨੂੰ ਪਈ ਹੈ। ਇਹ ਜਿਹੜੇ ਅੰਕੜੇ ਨੇ, ਇਹ ਜਿਹੜੇ ਤੱਥ ਨੇ ਲਗਾਤਾਰ ਸਾਹਮਣੇ ਆ ਰਹੇ ਨੇ। 22 ਲੱਖ ਰੁਪਏ ਦਾ ਚਿੱਟਾ ਪੀਣਾ ਆਪਣੇ ਆਪ ਵਿੱਚ ਵੱਡੀ ਗੱਲ ਆ। ਅੱਜ ਕੱਲ੍ਹ ਲੋਕਾਂ ਨੇ 12-15 ਲੱਖ ਦਾ ਥਾਂ ਲੈਣਾ ਹੋਵੇ ਤਾਂ ਉਹ ਚੀਕਾਂ ਨਿਕਲ ਜਾਂਦੀਆਂ, ਤੇ ਇੱਥੇ ਜਿਹਨਾਂ ਕੋਲ ਪੈਸੇ ਵਾਲੇ ਨੇ ਇੰਨੇ ਇੰਨੇ ਲੱਖਾਂ ਰੁਪਏ ਦੇ ਜਿਹੜਾ ਚਿੱਟਾ ਪੀ ਜਾਂਦੇ ਆ। ਸਰਕਾਰ ਨੂੰ ਵੀ ਇੱਧਰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ, ਤੇ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਗੈਰ ਕਾਨੂੰਨੀ ਤੌਰ ਤੇ ਚੱਲਦੇ ਨੇ, ਇਹਨਾਂ ਦੇ ਖਿਲਾਫ਼ ਕਾਰਵਾਈ ਕਰਨ ਦੀ ਜ਼ਰੂਰਤ ਹੈ। ਕੇਂਦਰ ਇਹ ਸੀਲ ਕਰ ਦਿੱਤਾ ਗਿਆ ਤੇ ਨੌਜਵਾਨ ਉੱਥੋਂ ਛੁਡਾ ਲਿਆ ਗਿਆ। ਬਹੁਤ ਸਾਰੇ ਇਸ ਤਰ੍ਹਾਂ ਦੇ ਹੋਰ ਵੀ ਨਸ਼ਾ ਛਡਾਊ ਕੇਂਦਰ ਨੇ ਜਿੱਥੇ ਕਾਰਵਾਈ ਕਰਨ ਦੀ ਜ਼ਰੂਰਤ ਹੈ। ਪਰ ਸਨੈਪ ਜੀ ਮਸਲਾ ਉਹੀ ਹੈ ਨਾ, ਇੱਧਰਲੇ ਪਾਸੇ ਜਾਂਦਾ ਕੌਣ ਹੈ? ਤੁਸੀਂ ਨਾ ਛੋਟੀ ਜਿਹੀ ਅੱਜ ਗੱਲ ਦੇਖੋ, ਅੱਜ ਜਿਸ ਹਿਸਾਬ ਦੇ ਨਾਲ ਪੰਜਾਬ ਦੇ DGP ਸਾਹਿਬ ਅੱਜ ਹਾਈਕੋਰਟ ਦੇ ਵਿੱਚ ਪੇਸ਼ ਹੋਏ, ਜੀ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਇਹ ਦੋਹਾਂ ਜਣਿਆਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਅਦਾਲਤ ਵਿੱਚ ਪੇਸ਼ ਹੋਣ ਨੂੰ ਕਿਹਾ ਸੀ। ਤੇ ਕਿਸ ਮਾਮਲੇ ਵਿੱਚ ਕਿਹਾ ਸੀ? ਨਸ਼ੇ ਦੇ ਮਾਮਲੇ ਵਿੱਚ। ਹਾਈਕੋਰਟ ਨੇ ਪੁਲਿਸ ਦੇ ਵੱਲੋਂ ਪੈਰਵਾਈ ਨਾ ਕੀਤੇ ਜਾਣ ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਇਹ ਵੀ ਗੱਲ ਕਹੀ ਹੈ ਕਿ ਤੁਸੀਂ ਦੱਸੋ ਤਾਂ ਸਹੀ, 2020 ਦਾ ਮਾਮਲਾ ਚੱਲਦਾ ਹੋਵੇ, 2020 ਦਾ ਨਸ਼ਾ ਤਸਕਰ ਫੜਿਆ ਹੋਵੇ, 20 ਜਣੇ ਸਕਨੈਪ ਜੀ ਉਸ ਮਾਮਲੇ ਦੇ ਵਿੱਚ ਗਵਾਹ ਬਣਾਏ ਹੋਣ, ਤੇ 20 ਵਿੱਚੋਂ ਸਿਰਫ 1 ਜਣੇ ਨੇ ਗਵਾਹੀ ਦਿੱਤੀ ਹੋਵੇ, ਤੇ ਢਿੱਲਾ ਕੰਮ ਤਾਂ ਤੁਸੀਂ ਕਰਦੇ ਪਏ ਆ, ਤੁਸੀਂ ਕਾਰਵਾਈ ਕਿਉਂ ਨੀ ਤੇਜ਼ੀ ਨਾਲ ਕੀਤੀ? ਇਹ ਜਿਹੜੀ ਝਾੜ ਪਾਈ ਆ ਅੱਜ ਪੰਜਾਬ ਪੁਲਿਸ ਨੂੰ, DGP ਸਾਹਿਬ ਨੂੰ, ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਕੋਰਟ ਨੇ DGP ਹੋਰਾਂ ਦੇ ਵੱਲੋਂ ਮਾਫ਼ੀ ਮੰਗੇ ਜਾਣ ਦੇ ਤੁਰੰਤ ਬਾਅਦ ਕਾਰਵਾਈ ਦੇ ਹੁਕਮ ਦਿੱਤੇ ਆ। ਪੰਜਾਬ ਦੇ DGP ਦਾ ਅਹੁਦਾ ਛੋਟਾ ਨਹੀਂ ਹੁੰਦਾ ਕੋਈ,
ਪਰ ਮਾਫੀ ਮੰਗ ਕੇ ਜੇਕਰ ਇੱਕ ਵੈਬਸਾਈਟ ਅਖਬਾਰ ਤੇ ਅਖਬਾਰ ਨਹੀਂ ਵੈਬਸਾਈਟ ਤੇ ਖਬਰ ਆ ਚੁੱਕੀਆਂ ਦੋ ਵਿੱਚ ਕਿ ਉਹ ਮਾਫੀ ਮੰਗ ਕੇ ਉੱਥੋਂ ਆਏ, ਉਹਨਾਂ ਨੂੰ ਮੰਗਣ ਲਈ ਕਿਹਾ ਤੇ ਨਾਲ ਭਰੋਸਾ ਦਿੱਤਾ ਕਿ ਪੰਜਾਬ ਪੁਲਿਸ ਕੁਝ ਕਰਕੇ ਦਿਖਾਊਗੀ, ਪੰਜਾਬ ਪੁਲਿਸ ਨੂੰ ਕੁਝ ਕਰਨਾ ਪੈਣਾ। ਜਨਾਬ ਜੀ ਕੱਲ ਦੀ ਇਹ ਖਬਰ ਹੈ, ਵੱਖ ਵੱਖ ਅਖਬਾਰਾਂ ਦੇ ਵਿੱਚ ਲੱਗੀ ਹੈ ਕਿ 2 ਸਾਲ ਤੋਂ ਪੰਜਾਬ ਦੇ ਵਿੱਚ ਨਸ਼ਾ ਵਧਿਆ। 2 ਸਾਲ ਤੋਂ ਵਧਣ ਦਾ ਮਤਲਬ ਕੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ਾ ਫੈਲਣਾ ਸ਼ੁਰੂ ਹੋ ਚੁੱਕਿਆ ਹੋਰ ਜ਼ਿਆਦਾ। 2000 ਮੈਂ ਇਹ ਨਹੀਂ ਕਹਿੰਦਾ ਕਿ ਪਿਛਲੀਆਂ ਸਰਕਾਰਾਂ ਵੇਲੇ ਨਹੀਂ ਹੋਇਆ, ਕਾਂਗਰਸ ਦੀ ਸਰਕਾਰ ਵੇਲੇ ਵੀ ਸੀਗਾ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਸ਼ੁਰੂ ਹੋਇਆ ਸੀਗਾ, 2002 ਤੋਂ ਵੀ ਸ਼ੁਰੂ ਹੋਣਾ ਹੋ ਗਿਆ ਸੀ, ਫਿਰ 2007 'ਚ ਇੰਨੇ ਤੇਜ਼ ਰਫ਼ਤਾਰ ਨਾਲ ਪਿੰਡਾਂ ਦੇ ਵਿੱਚ ਫੈਲਣਾ ਸ਼ੁਰੂ ਕੀਤਾ। ਸਿੰਥੈਟਿਕ ਨਸ਼ਾ ਅੱਜ ਕੱਲ੍ਹ ਜੋ ਆ ਗਿਆ, ਹੈਰੋਇਨ ਤੋਂ ਬਾਅਦ ਹੋਰ ਵੀ ਆਈਸ ਨਸ਼ਾ, ਹੋਰ ਵੀ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਆ ਰਹੇ ਨੇ, ਇਹ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਆ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੁਲਿਸ ਕੰਮ ਕਿਉਂ ਨਹੀਂ ਕਰਦੀ ਪਈ, ਇੱਕ ਇਹ ਝਾੜ ਪਾਈ ਹੈ, ਦੂਜੇ ਪਾਸੇ ਇਹ ਵੀ ਗੱਲ ਕਹੀ ਹੈ ਕਿ ਕੁਛ ਕੁ ਵਿਧਾਇਕ ਕੰਮ ਨਹੀਂ ਕਰਨ ਦੇ ਰਹੇ, ਕੁਛ ਕੁ ਵਿਧਾਇਕ ਫੋਨ ਤੇ ਸਿਫਾਰਿਸ਼ ਪਾ ਦਿੰਦੇ ਨੇ ਕਿ ਭਾਈ ਬੰਦਾ ਸਾਡਾ ਹੀ ਹੈ ਕੋਈ ਨੀ। ਤੇ ਸਕਨੈਪ ਜੀ ਪਹਿਲਾਂ ਵੀ ਚੱਲਦਾ ਸੀ, ਹੁਣ ਵੀ ਚੱਲਦਾ ਸੀ, ਬਦਲਾਅ ਕਾਹਦਾ ਆਇਆ? ਬਦਲਾਅ ਦੀ ਜਗ੍ਹਾ ਬਦਲਾ ਜ਼ਰੂਰ ਲਿਆ ਜਾ ਰਿਹਾ, ਲੋਕ ਕੱਲ ਨੂੰ ਇਹ ਗੱਲਾਂ ਜ਼ਰੂਰ ਕਰ ਦੇਣਗੇ, ਪਰ ਇੰਨਾ ਜ਼ਰੂਰ ਹੈ ਕਿ ਜਿਸ ਹਿਸਾਬ ਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਝਾੜ ਪਾਈ ਹੈ, ਕੱਲ ਨੂੰ ਪਰਸੋਂ ਨੂੰ ਆਉਂਦੇ ਦਿਨਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਇਹ ਤਾਂ ਉਦਣ ਵੀ ਕਹਿੰਦੇ ਸੀ ਪਿਛਲੇ 4 ਮਹੀਨੇ ਪਹਿਲਾਂ ਕਿ ਪੈਲਸਾਂ ਦੇ ਵਿੱਚੋਂ ਲੋਕ ਨਿਕਲ ਗਏ ਸੀ, ਟੈਸਟ ਕਰਾਂਗੇ ਜੀ ਉਹਨਾਂ ਦੇ, ਦਾਰੂ ਤਾਂ ਨਹੀਂ ਪੀਤੀ, ਗੱਡੀ ਚਲਾਉਂਦੇ ਵੇਲੇ ਹਾਦਸੇ ਬਹੁਤ ਹੋ ਰਹੇ, ਕਿੰਨੇ ਟੈਸਟ ਅੱਜ ਤੱਕ ਹੋਏ ਆ? ਅੰਕੜਾ ਜਾਰੀ ਕੀਤਾ ਕਿਸੇ ਕਿਸੇ ਨੇ? ਇਹ ਅੰਕੜਾ ਤਾਂ ਜਾਰੀ ਕਰ ਦਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਮੋਬਾਈਲ ਦੇ ਉੱਪਰ ਇੱਕ ਐਪ ਇਸ ਤਰ੍ਹਾਂ ਦੀ ਬਣਾਈ ਹੈ ਜਿਹਦੇ ਕਰਕੇ ਉਹ ਨੌਜਵਾਨ ਖੁਸ਼ ਹੋ ਕੇ ਖੇਲਦੇ ਵੀ ਪਏ ਆ ਨਾਲ ਦੀ ਨਾਲ, ਤੇ ਉਹਦੇ ਵਿੱਚ ਪੰਜਾਬ ਦਾ ਪੈਸਾ ਵੀ ਇਕੱਠਾ ਹੋ ਰਿਹਾ। ਇਹ ਤੇ ਦੱਸ ਦਿੰਦੇ ਆ ਅੰਕੜੇ, ਪਰ ਇਹ ਅੰਕੜਾ ਕਦੀ ਨਹੀਂ ਦੱਸਿਆ ਕਿ ਪੰਜਾਬ ਦੇ ਵਿੱਚ ਅਜੇ ਤੱਕ ਕਿੰਨੇ ਲੋਕਾਂ ਦੇ ਖਿਲਾਫ਼ ਕਾਰਵਾਈ ਕੀਤੀ ਹੈ। ਸਵਾਲ ਇਹੀ ਹੈ, ਕਾਰਵਾਈ ਕਰੋਗੇ ਜਾਂ ਫਿਰ ਨਹੀਂ? ਬਹੁਤ ਸਾਰਾ ਨਸ਼ਾ ਹਰ ਰੋਜ਼ ਫੜਿਆ ਜਾ ਰਿਹਾ, ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਚਿੰਤਾ ਦਾ ਵਿਸ਼ਾ। ਤੇ ਆ ਫੀਸ ਹੋਸਟਲ ਦੀਆਂ ਜਾਣਕਾਰੀਆਂ ਜਨਤਕ ਕਰਨ ਯੂਨੀਵਰਸਿਟੀਜ਼, ਇਸ ਗ੍ਰੈਵਿਟੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਵੀ ਫੀਸਾਂ, ਜਿਹੜੀਆਂ ਵੀ ਤੁਸੀਂ ਹੋਸਟਲ ਫੀਸ ਹੁੰਦੀ ਹੈ, ਚਾਹੇ ਬੱਚਿਆਂ ਦੀ ਫੀਸ ਹੁੰਦੀ ਹੈ, ਚਾਹੇ ਟਿਊਸ਼ਨ ਫੀਸ ਹੁੰਦੀ ਹੈ, ਯੂਨੀਵਰਸਿਟੀਆਂ ਨੂੰ ਉਹ ਸਾਰਾ ਕੁਛ ਜਨਤਕ ਕਰਨਾ ਚਾਹੀਦਾ। ਇਹ ਕਿਉਂ ਕਹਿਣ ਦੀ ਜ਼ਰੂਰਤ ਪੈ ਗਈ? ਬਹੁਤ ਸਾਰੀਆਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਬੱਚਿਆਂ ਦੇ ਕੋਲੋਂ ਪੈਸੇ ਵਸੂਲ ਰਹੀਆਂ। ਜਨਾਬ ਜੀ ਪੰਜਾਬ ਦੇ ਵਿੱਚ ਜਲੰਧਰ ਵਾਲੇ ਪਾਸੇ ਕੁਛ ਕੁ ਯੂਨੀਵਰਸਿਟੀਆਂ ਏਦਾਂ ਦੀਆਂ ਜਿਹੜੀਆਂ ਬੱਚਿਆਂ ਦੇ ਹੋਸਟਲ ਦੀ ਫੀਸ, ਹੋਸਟਲ ਦਾ ਕਿਰਾਇਆ 70,000 ਰੁਪਏ ਤੋਂ ਸ਼ੁਰੂ ਹੁੰਦਾ ਸਾਲ ਦਾ, ਬਾਕੀ ਤਾਂ ਗੱਲਾਂ ਹੀ ਬਹੁਤ ਵੱਧਦੀਆਂ। ਬੱਚਿਆਂ ਦੇ ਮਾਪਿਆਂ ਨੂੰ ਇਹ ਲੱਗਦਾ ਕਿ ਚਲੋ ਇਹ ਬੱਚੇ ਸਹੂਲਤ ਇਹਨਾਂ ਨੂੰ ਮਿਲਦੀ, ਏਸੀ ਦੀ ਸਹੂਲਤ ਮਿਲਦੀ ਹੈ, ਨਿੱਜੀ ਯੂਨੀਵਰਸਿਟੀਆਂ ਵਿੱਚ ਇਹ ਸਾਰਾ ਕੁਛ ਹੈਗਾ, ਜਿਨ੍ਹਾਂ ਨੇ ਆਪਣਾ ਕਾਰੋਬਾਰ ਵਧਾਉਣਾ, ਜਿਨ੍ਹਾਂ ਨੇ ਬੱਚਿਆਂ ਨੂੰ ਆਪਣੇ ਵੱਲ ਖਿੱਚਣਾ, ਵੈਸੇ ਵੀ ਕਿਹੜਾ ਕੋਈ ਫੜ ਕੇ ਲਿਆਉਂਦਾ, ਤੁਸੀਂ ਆਓ ਬੱਚੇ ਸਹੂਲਤਾਂ ਦੇਖ ਕੇ ਉੱਥੇ ਜਾਂਦੇ ਆ, ਪਰ 70,000 ਕਿਰਾਇਆ ਹੋਣਾ ਆਪਣੇ ਹੱਥ ਵੱਡੀ ਗੱਲ ਹੈ। ਪਰ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵੈਬਸਾਈਟ ਤੇ ਜਿਹੜੇ ਅੰਕੜੇ ਜਨਤਕ ਨਹੀਂ ਕਰਦੀਆਂ, ਜਾਣਕਾਰੀਆਂ ਨਹੀਂ ਦਿੰਦੀਆਂ, ਇਸ ਕਰਕੇ ਮਸਲਾ ਕਿੱਥੋਂ ਉੱਠਿਆ? ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਭੂਤ ਕਾਲਜ ਨੇ, ਭੂਤ ਕਾਲਜ ਦਾ ਮਤਲਬ ਵਿਦਿਆਰਥੀ ਨੇ ਉੱਥੇ ਜਾਂਦੇ ਤੇ ਉਹ ਕਾਲਜ ਫੀਸਾਂ ਵਸੂਲ ਰਹੇ ਆ, ਅਧਿਆਪਕਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ, ਤੇ ਚੂਨਾ ਕਿਹਨੂੰ ਲੱਗਦਾ ਪਿਆ? ਚੂਨਾ ਸਰਕਾਰਾਂ ਨੂੰ ਲੱਗਦਾ ਪਿਆ, ਚੂਨਾ ਕਿਹਨੂੰ ਲੱਗਦਾ ਪਿਆ? ਚੂਨਾ ਆਮ ਲੋਕਾਂ ਨੂੰ ਲੱਗਦਾ ਪਿਆ। ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਵੀ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਸਾਨੂੰ ਡਿਗਰੀਆਂ ਬਣਾ ਦਾਂਗੇ, ਕਾਲਜ ਕੁਛ ਕਹਿ ਗਏ ਆ ਜਿਹੜੇ ਡਿਗਰੀਆਂ ਬਣਾਉਂਦੇ ਆ, ਪਰ ਡਿਗਰੀਆਂ ਬਣਾ ਕੇ ਪੈਸਾ ਵਸੂਲ ਜਾਂਦੇ ਆ, ਡਿਗਰੀ ਅਸਲੀ ਹੋਵੇ ਨਕਲੀ ਹੋਵੇ ਕਿਸੇ ਨੂੰ ਕੋਈ ਮਤਲਬ ਨਹੀਂ। ਇਸ ਕਰਕੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਸਿੱਧੇ ਰੂਪ 'ਚ ਕਹਿ ਦਿੱਤਾ ਕਿ ਇਸ ਵੇਲੇ ਸਾਰੀਆਂ ਸੂਚੀਆਂ ਜਾਰੀ ਕੀਤੀਆਂ ਜਾਣ, ਲਿਸਟਾਂ ਲਾਜ਼ਮੀ ਤੌਰ ਤੇ ਵੈਬਸਾਈਟ ਤੇ ਜਨਤਕ ਕੀਤੀਆਂ ਜਾਣ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧੋਖਾ ਨਾ ਰਹਿ ਜਾਵੇ, ਪਾਰਦਰਸ਼ਤਾ ਤਰੀਕੇ ਨਾਲ ਕੰਮ ਕੀਤਾ ਜਾਵੇ, ਤੇ ਇਸੇ ਲਈ ਵਧੀਆ ਭਵਿੱਖ ਹੋਵੇਗਾ ਵਿਦਿਆਰਥੀਆਂ ਦਾ ਵੀ ਤਾਂ ਤੁਹਾਡਾ ਵੀ। UGC ਦੇ ਤੇ ਇਹ ਵੀ ਕਹਿਣਾ ਕਿ ਨਵੀਂ ਰਾਸ਼ਟਰੀ ਜਿਹੜੀ ਸਿੱਖਿਆ ਨੀਤੀ ਹੈ ਉਹਨੂੰ ਲਾਗੂ ਕਰਨ ਦੇ ਲਈ 3 ਸਾਲ ਪੂਰੇ ਹੋ ਜਾਣੇ ਆ, ਤੇ ਅਜਿਹੇ ਦੇ ਵਿੱਚ ਹਾਲੇ ਵੀ ਕਈ ਵੱਡੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਫੀਸਾਂ ਸਮੇਤ ਵਿਦਿਆਰਥੀਆਂ ਨਾਲ ਜੁੜੀਆਂ ਬੁਨਿਆਦੀ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ ਗਈਆਂ। ਆਉਂਦੇ ਦਿਨਾਂ ਨੂੰ ਰਵੱਈਆ ਠੀਕ ਕਰਨ ਨੂੰ ਵੀ ਕਹਿ ਦਿੱਤਾ, ਜੇਕਰ ਇਹ ਸਾਰਾ ਕੁਛ ਨਾ ਹੋਇਆ ਤਾਂ ਹੋ ਸਕਦਾ ਸਖ਼ਤ ਕਾਰਵਾਈ ਵੀ ਕੀਤੀ ਜਾਵੇ। ਜੀ ਸਖ਼ਤ ਕਾਰਵਾਈ। ਤੇ ਜੀ ਆਹ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੈ, ਇਹ ਇੱਕ ਤਰ੍ਹਾਂ ਦਾ ਸੈਮੀਫਾਈਨਲ ਵੀ ਹੋਣਗੀਆਂ ਸਰਕਾਰ ਦਾ? ਬਿਲਕੁਲ ਸਕਨੈਪ ਜੀ, ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਨੇ ਇਹ ਸਰਕਾਰ ਲਈ ਹੈ ਤਾਂ ਸੈਮੀਫਾਈਨਲ, ਪਰ ਇਸ ਤਰ੍ਹਾਂ ਦੇ ਇਹ ਸੈਮੀਫਾਈਨਲ ਸੌਖਾ ਹੁੰਦਾ ਕਿਉਂਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਬਾਜ਼ੀ ਕਦੀ ਕਦੀ ਮਾਰ ਜਾਂਦੀ ਹੈ, ਪਰ ਲੋਕਾਂ ਦਾ ਨਹੀਂ ਪਤਾ ਕਿੱਧਰ ਨੂੰ ਜਾਣਾ, ਸਪਸ਼ਟ ਕਰ ਦਿੰਦੇ ਪਹਿਲਾਂ ਹੀ ਇਹ ਹਮੇਸ਼ਾ। ਵੈਸੇ ਵੀ ਕਈ ਜਿਹੜੇ ਜਦੋਂ ਉਹ ਆ ਜਾਂਦੇ ਹੁੰਦੇ ਆ ਪਹਿਲੇ ਸਰਵੇਖਣ, ਤੇ ਬਹੁਤੇ ਸਰਵੇਖਣ ਸੱਚੇ ਨਹੀਂ ਹੁੰਦੇ। ਹੁਣ ਇੱਥੇ ਵੀ ਇਸੇ ਤਰ੍ਹਾਂ ਦੀ ਸਥਿਤੀ ਲੱਗਦੀ ਪਈ ਹੈ। ਜਿਹੜੀਆਂ ਪੰਜ
ਨਗਰ ਨਿਗਮਾਂ ਦਾ ਚੋਣਾਂ ਦਾ ਐਲਾਨ ਹੋਇਆ, ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਫਗਵਾੜਾ ਤੇ ਪਟਿਆਲਾ 15 ਨਵੰਬਰ ਤੱਕ ਇਹ ਸਾਰੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਸਥਾਨਕ ਸਰਕਾਰਾਂ ਵਿਭਾਗ ਨੇ ਇਹਦੇ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਤੇ ਹੁਣ ਸੁਨੇਹਾ ਜੀ ਨਵੀਆਂ ਵੋਟਾਂ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ। ਕੁਝ ਕੁ ਥਾਵਾਂ ਤੇ ਬਹੁਤ ਲੋਕ ਹੁੰਦੇ ਨੇ ਜਿਹੜੇ ਜਿਨ੍ਹਾਂ ਦੀਆਂ ਵੋਟਾਂ ਬਣਾਉਣ ਵਾਲੀਆਂ ਹੁੰਦੀਆਂ ਉਹ ਵੀ ਸ਼ੁਰੂ ਹੋ ਚੁੱਕਿਆ ਤੇ ਰਸਮੀ ਤੌਰ ਤੇ ਇਹਦਾ ਐਲਾਨ ਵੀ ਹੋ ਚੁੱਕਿਆ ਤੇ ਚੋਣ ਕਮਿਸ਼ਨ ਨੂੰ ਭੇਜ ਵੀ ਦਿੱਤਾ ਗਿਆ। ਜਲੰਧਰ, ਪਟਿਆਲਾ, ਲੁਧਿਆਣਾ, ਉਤਵਲ, ਅੰਮ੍ਰਿਤਸਰ ਤੇ ਨਾਲ ਦੀ ਨਾਲ ਫਗਵਾੜਾ, ਇੱਥੇ ਮੇਅਰ ਤੇ ਕੌਂਸਲਰ ਦੀ ਮਿਆਦ ਇਸ ਸਾਲ ਜਨਵਰੀ ਦੇ ਵਿੱਚ ਖਤਮ ਹੋਣੀ ਹੈ, ਇਸ ਕਰਕੇ ਉਸ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਇਹ ਸਾਰਾ ਕੁਝ ਕਰ ਲੈਣਾ। ਪਰ ਸੁਨੇਹਾ ਜੀ ਹੁਣ ਰੌਲਾ ਕਿੱਥੇ ਪੈਂਦਾ? ਜੀ ਰੌਲਾ ਪੈਂਦਾ ਪਾੜਬੰਦੀ ਤੇ ਆ ਕੇ। ਜਲੰਧਰ ਦੇ ਵਿੱਚ ਤਾਂ ਬਹੁਤ ਰੌਲਾ ਪਿਆ, ਬਾਕੀਆਂ ਦਾ ਤਾਂ ਪਤਾ ਨਹੀਂ। ਜਲੰਧਰ ਦੇ ਵਿੱਚ ਤੀਸਰੀ ਵਾਰ ਨਕਸ਼ਾ ਪੇਸ਼ ਕਰਨ ਨੂੰ ਕਹਿਤਾ, ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਨੇ ਆਪਣੀ ਹਿਸਾਬ ਦੇ ਨਾਲ ਜਿੱਥੇ ਕੁ ਲੱਗਦਾ ਬੰਦੇ ਨੇ ਉਸ ਹਿਸਾਬ ਦਾ ਨਕਸ਼ਾ ਤਿਆਰ ਕਰਾਇਆ। ਇਹੀ ਦੋਸ਼ ਦੱਸ ਰਿਹਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਪਰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਲੱਗਦਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਮੈਨੂੰ ਬਹੁਤੇ ਹਲਕਿਆਂ ਦਾ ਨਹੀਂ ਪਤਾ, ਮੈਨੂੰ ਆਦਮਪੁਰ ਹਲਕੇ ਦਾ ਪਤਾ। ਕਰਤਾਰਪੁਰ ਤੋਂ ਕੁਛ ਕੁ ਭੋਗਪੁਰ ਤੋਂ ਸਨੈਪ ਜੀ ਜਦੋਂ ਅਸੀਂ ਆਦਮਪੁਰ ਨੂੰ ਜਾਂਦੇ ਹਾਂ ਤੇ ਰਸਤੇ ਦੇ ਵਿੱਚ ਇੱਕ ਪਿੰਡ ਪੈਂਦਾ ਬਨਪਾਲ ਕੇ, ਮੰਨ ਲਓ ਉਦਾਹਰਨ ਮੈਂ ਦੇਣ ਲੱਗਾ, ਭੋਗਪੁਰ ਤੋਂ ਉਹ ਪਿੰਡ ਹੈਗਾ ਆ ਸਿਰਫ 2 ਕਿਲੋਮੀਟਰ, ਕਰਤਾਰਪੁਰ ਤੋਂ ਉਹ ਪਿੰਡ ਘੱਟ ਤੋਂ ਘੱਟ ਵੀ ਪੈਂਦਾ ਹੈਗਾ 40 ਕਿਲੋਮੀਟਰ। ਕਰਤਾਰਪੁਰ ਤੋਂ ਫਗਵਾੜਾ ਕਿੰਨੀ ਦੂਰ ਪੈਂਦਾ? ਅੱਧੇ ਤੋਂ ਵੱਧ ਇਲਾਕੇ ਜਿਹੜੇ ਨੇ ਉਹ ਫਗਵਾੜੇ ਦੇ ਵਿੱਚ ਪਾ ਦਿੱਤੇ ਸੀਗੇ। ਹੁਣ ਇਸੇ ਤਰ੍ਹਾਂ ਆਦਮਪੁਰ ਨੂੰ ਵੀ ਵੰਡ ਦਿੱਤਾ ਗਿਆ, ਇੱਧਰਲਾ ਪਿੰਡ ਆਹ ਪਾਰਟੀ ਦਾ ਸੀ, ਇੱਧਰਲਾ ਦੂਸਰੀ ਪਾਰਟੀ ਦਾ ਸੀਗਾ, ਉਸ ਹਿਸਾਬ ਨਾਲ ਵਾਰਡ ਬੰਦੀਆਂ ਕਰ ਦਿੱਤੀਆਂ, ਪਿੰਡਾਂ ਦੇ ਵਿੱਚ ਵਾਰਡ ਬਣਾ ਦਿੱਤੇ ਗਏ। ਇੱਥੋਂ ਤੱਕ ਕਿ ਲੋਕਾਂ ਦੇ ਵਿੱਚ ਵੰਡੀਆਂ ਪਾਉਣ ਦਾ ਕੰਮ ਵੀ ਜੋ ਅੱਜ ਤੋਂ 8-10 ਸਾਲ ਪਹਿਲਾਂ ਸ਼ੁਰੂ ਹੋਇਆ ਅੱਜ ਤੱਕ ਵੀ ਰੁਕਿਆ ਨਹੀਂ ਗਾ। ਵਾਰਡਬੰਦੀ ਨੇ ਲੋਕਾਂ ਦੇ ਵਿੱਚ ਪਿਆਰ ਪੈਦਾ ਕਰਨ ਦੀ ਥਾਂ ਤੇ ਨਫ਼ਰਤ ਵੀ ਪੈਦਾ ਕੀਤੀ ਸੁਨੇਹਾ ਜੀ ਪਿੰਡਾਂ ਵਿੱਚ, ਮੰਨਣ ਵਾਲੀ ਗੱਲ ਹੈ। ਲੋਕਾਂ ਦੇ ਵਿੱਚ ਵਿਰੋਧ ਵੀ ਵਧਿਆ ਸੀਗਾ, ਚਲੋ ਨਫ਼ਰਤ ਨਹੀਂ ਕਹਿ ਸਕਦੇ, ਵਿਰੋਧ ਵਧਿਆ ਸੀਗਾ, ਗੁੱਟਬੰਦੀ ਹੋ ਗਈ। ਚਲੋ ਅੱਜ ਜਦੋਂ ਹੁਣ ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤੋਂ ਇਹ ਰੌਲਾ ਪਿਆ ਹੋਇਆ ਵਾਰਡਬੰਦੀ ਨੂੰ ਲੈ ਕੇ, ਤੇ ਕੰਮ ਤੇ ਇਹ ਕਰਾ ਲੈਣਗੇ। ਪਰ ਫਿਰ ਉਹੀ ਗੱਲ ਆ ਗਈ, ਪਿਛਲਿਆਂ ਤੇ ਹੁਣ ਦੇ ਵਿੱਚ ਫਰਕ ਕੀ ਹੈ ਜੇਕਰ ਇਹ ਵੀ ਸਾਰਾ ਕੁਝ ਬਦਲਦੇ ਪਏ ਆ? ਇੱਕ ਪੱਕੀ ਸੂਚੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਜੋ ਬਣ ਗਿਆ ਉਹ ਰਹਿਣ ਦੋ, ਪਰ 15 ਸਾਲ ਬਾਅਦ ਵਾਰਡਬੰਦੀ ਜਿਹੜੀ ਹੋਣੀ ਹੀ ਹੋਣੀ ਹੈ। ਹੁਣ ਦੇਖਿਆ ਜਾਵੇ ਤਾਂ 34 ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਮਿਆਦ ਵੀ ਦਸੰਬਰ 2022 ਤੇ 2023 ਦੇ ਵਿੱਚ ਖਤਮ ਹੋ ਚੁੱਕੀ ਹੈ। ਕੀ ਉਹ ਵੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਜਾਂ ਫਿਰ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਇਹਨਾਂ ਥਾਵਾਂ ਤੇ ਤਿਆਰੀਆਂ ਪਾਰਟੀ ਨੇ ਕਸ ਲਈਆਂ ਸਾਰੀਆਂ ਨੇ, ਦੇਖਦੇ ਹਾਂ ਕੀ ਬਣਦਾ। ਜੀ ਬਿਲਕੁਲ, ਇਹ ਤਾਂ ਗੱਲ ਹੈ। ਤੇ ਇਜ਼ਰਾਈਲ ਦੀ ਸਥਿਤੀ ਕਿਵੇਂ ਹੈ ਜੀ? ਉੱਥੇ ਤਾਂ ਬੜਾ ਕੁਝ ਹੋ ਰਿਹਾ ਹੁਣ, ਬੜੀਆਂ ਵੀਡੀਓ ਵਾਇਰਲ ਹੋ ਰਹੀਆਂ, ਕਾਫੀ ਖਤਰਨਾਕ। ਸੁਖਨੈਪ ਜੀ, ਇਹ ਸਥਿਤੀ ਬੜੀ ਗੰਭੀਰ ਤੇ ਖਤਰਨਾਕ ਜੀ ਬਣਦੀ ਜਾ ਰਹੀ ਹੈ। ਮੈਂ ਅੱਜ ਪੜ੍ਹ ਰਿਹਾ ਸੀਗਾ ਰਿਪੋਰਟਾਂ ਉੱਥੇ ਦੀਆਂ, ਝੂਠ ਦੇ ਸਹਾਰੇ ਸੁਖਨੈਪ ਜੀ ਜੰਗ ਨੂੰ ਅੱਗੇ ਵੱਲ ਵਧਾਇਆ ਜਾ ਰਿਹਾ, ਝੂਠ ਦੇ ਸਹਾਰੇ। ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਨੇ ਜਿਹੜੀਆਂ ਇਸ ਵੇਲੇ ਵਾਇਰਲ ਕੀਤੀਆਂ ਜਾ ਰਹੀਆਂ ਨੇ। ਉਹਨਾਂ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਬੱਚਿਆਂ ਦਾ ਕਤਲ ਕੀਤਾ ਜਾ ਰਿਹਾ। ਸੁਖਨੈਪ ਜੀ, 40 ਬੱਚੇ ਫੜੇ, 40 ਬੱਚੇ, ਉਹਨਾਂ ਬੱਚਿਆਂ ਦਾ ਸਿਰ ਕਲਮ ਕਰ ਦਿੱਤਾ ਗਿਆ। ਕਹਿੰਦੇ ਇੱਕ ਇਹ ਖਬਰ ਅੱਜ ਸਭ ਤੋਂ ਵੱਧ ਚਰਚਾ ਵਿੱਚ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਪੜ੍ਹੇ ਲਿਖੇ ਸੁਪਰ ਪਾਵਰ ਕਹਾਉਣ ਵਾਲੇ ਦੇਸ਼ਾਂ ਦੇ ਉੱਚ ਸਿਆਸਤਦਾਨਾਂ ਨੇ ਜਦੋਂ ਇਹਨੂੰ ਵੀ ਪ੍ਰਚਾਰ ਦਿੱਤਾ ਤੇ ਉਹਨਾਂ ਨੂੰ ਵੀ ਮਾਫ਼ੀ ਮੰਗਣੀ ਪਈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਇੱਥੋਂ ਤੱਕ ਕਹਿਤਾ ਕਿ ਅੱਤਵਾਦੀਆਂ ਵੱਲੋਂ ਬੱਚਿਆਂ ਦੇ ਸਿਰ ਕਲਮ ਕੀਤੇ ਜਾ ਰਹੇ ਨੇ, ਇਹ ਬਹੁਤ ਗਲਤ ਹੋ ਰਿਹਾ। ਬਾਅਦ ਦੇ ਵਿੱਚ ਜਦੋਂ ਪਤਾ ਲੱਗਾ ਕਿ ਵੀਡੀਓ 2011 ਦੀ ਹੈ ਤਾਂ ਵਾਈਟ ਹਾਊਸ ਨੂੰ ਇਸ ਮਾਮਲੇ ਤੇ ਸਫਾਈ ਦੇਣੀ ਪੈ ਗਈ। ਕੁੱਲ ਮਿਲਾ ਕੇ ਇਹ ਹੈ ਕਿ ਇਸ ਵੇਲੇ ਅਫਵਾਹਾਂ ਤੋਂ ਬਚਣਾ ਪੈਣਾ। 2016-17 ਦੀਆਂ ਸੀਰੀਆ ਦੇ ਉੱਪਰ ਕੀਤੀਆਂ ਗਈਆਂ ਸਟ੍ਰਾਈਕ, ਏਅਰ ਸਟ੍ਰਾਈਕ ਦੀਆਂ ਕੁਛ ਕੁ ਵੀਡੀਓ ਹਮਲੇ ਉਹ ਦਿਖਾਏ ਜਾ ਰਹੇ ਨੇ। ਟਵਿੱਟਰ ਜਿਹਨੂੰ ਹੁਣ ਐਕਸ ਕਿਹਾ ਜਾਂਦਾ, ਸੁਨੇਹਾ ਜੀ, 5 ਕਰੋੜ ਵੀਡੀਓ ਤੇ ਪੋਸਟਾਂ ਕੁੱਲ ਮਿਲਾ ਕੇ ਪੈ ਚੁੱਕੀਆਂ ਨੇ ਉੱਤੇ, 5 ਕਰੋੜ। ਹੁਣ 5 ਕਰੋੜ ਦੇ ਵਿੱਚੋਂ ਅਸਲੀ ਕਿਹੜੀ, ਨਕਲੀ ਕਿਹੜੀ, ਤੁਹਾਡੇ ਕੋਲ ਕੀ ਸਬੂਤ ਆ? ਤੁਹਾਡੇ ਕੋਲ ਤਾਂ ਜੋ ਪਹੁੰਚਦਾ ਤੁਸੀਂ ਅੱਗੇ ਸ਼ੇਅਰ ਕਰੀ ਜਾ ਰਹੇ ਆ। ਬਹੁਤ ਸਾਰੇ ਮੀਡੀਆ ਦੇ ਚੈਨਲਾਂ ਨੇ 2 ਦਿਨ ਪਹਿਲਾਂ, ਕੱਲ ਇੱਕ ਖਬਰ ਚਲਾਈ ਹੈ ਇਜ਼ਰਾਈਲ ਤੇ ਹਮਾਸ ਨੂੰ ਲੈ ਕੇ, ਕਿ ਉੱਥੇ ਸਾਰੇ ਪਾਸੇ ਅੱਗ ਲੱਗੀ ਪਈ ਹੈ ਤੇ ਲਾਲ ਹੀ ਲਾਲ ਹੋ ਗਿਆ। ਹੁਣ ਉਹ ਸੁਖਨੈਪ ਜੀ, 2012 ਦੇ ਵਿੱਚ ਇੱਕ ਜਗ੍ਹਾ ਤੇ ਪ੍ਰੋਗਰਾਮ ਕੀਤਾ ਗਿਆ ਸੀਗਾ, ਹੁਣ ਉੱਥੇ ਕੀ ਕੀਤਾ ਉਹਨਾਂ ਨੇ ਪ੍ਰੋਗਰਾਮ ਚ, ਆਮ ਹੀ ਡੀਜੇ ਤੇ ਇਸ ਵੇਲੇ ਜਿਹਦਾ ਧੂੰਆਂ ਜਿਹਾ ਛੱਡ ਦਿੱਤਾ ਜਾਂਦਾ ਪਿੱਛੋਂ ਗਾਣੇ ਚੱਲਦੇ ਹੁੰਦੇ ਆ, ਤਰ੍ਹਾਂ ਤਰ੍ਹਾਂ ਦੀਆਂ ਲਾਈਟ ਲਾ ਕੇ ਉਹਨੇ ਰੈੱਡ ਲਾਈਟ ਦੇ ਵਿੱਚ ਉਹ ਧੂੰਆਂ ਛੱਡਿਆ ਸੀਗਾ। ਤੇ ਹੁਣ ਖਬਰ ਕੀ ਬਣਾ ਦਿੱਤੀ ਗਈ ਕਿ ਇਜ਼ਰਾਈਲ ਦੇ ਵਿੱਚ
हर पासे अग ही अग लगी है। मैं ये बिल्कुल नहीं कहना कि इस वेले उत्ते होया नहीं, बहुत कुछ हो रहा है, बहुत कुछ गलत हो रहा है। इजराइल के बहुत सारे नागरिकों को बंदी बना के उन्होंने हमास के विच लैके ढाल बना के उन्होंने वरतन की कोशिश की जाएगी। हमास वाले कहते हमला बंद कर दो। अज सोशल मीडिया से यह भी देखने को मिले कि हमास के नाल 26 देश आके खड़ गए हैं। हुण बहुत सारे लोग बंड चुके ने, जिहड़े इस्लामिक देश अलग हो चुके, सऊदी अरब की राय वक्री है, पाकिस्तान की राय वक्री है, बहुत सारे देश इदां लगता पाया कि इजराइल के नाल खड़े, अमरीका के समेत, जर्मन के समेत, यूके के समेत। भारत नाल भी गल हुई सी नेतन्याहू हुरां दी, उत्तों दे प्रधानमंत्री दी, पर भारत अजे तक किसी पासे कह नहीं सकते कि है, क्योंकि हमेशा भारत की वेट एंड वॉच की राजनीति रही है। पर जिहड़ी अपडेट आ रही है उहदी गल करते हुण, इजराइल के लोगों नूं गाजा पट्टी खाली करन नूं कह दिता गया। उधर सीरिया दे विच ईरान दे टिकाणियां ते हमले किए जा रहे हैं। कुल मिला के चार देशों दे विचकार ये मामला शुरू हो चुका है, जंग शुरू हो चुकी है। इजराइल ने स्पष्ट तौर पर लोगों को कहता गाजा पट्टी खाली कर दो। इहदा मतलब है कि आउंदे दिनां नूं नेतन्याहू हुरां दे वल्लों हमले होर तेज करन दे हुक्म दे दिते जाणगे। वैसे तो उन्होंने भेज ही दिता फौज नूं उत्थे कि तुसीं जिन्नी जल्दी हो सकता कब्जा करो। हुण लोग लगातार उत्थों निकल रहे हैं, हुण उन्होंने जिहड़ी कार्रवाई है होर तेज कर दी। वड्डी गल इह है सनैप जी कि उत्थे 32 एक दिन की बची है, सिर्फ सिर्फ एक दिन की, ਜਿਹੜਾ ਕੋਲ ਵਗੈਰਾ ਦਾ ਪ੍ਰਬੰਧ ਹੈ। ਨਹੀਂ, ਹਸਪਤਾਲਾਂ ਦੇ ਵਿੱਚ ਐਮਰਜੈਂਸੀ ਲਾਈਟ ਲਾਈਟ ਤਾਂ ਬੰਦ ਹੋ ਗਈ ਹੈ, 7 ਦਿਨ ਹੋ ਗਏ ਜਾਂ 6 ਦਿਨ, ਪਰ ਐਮਰਜੈਂਸੀ ਵੀ ਜਿਹੜੀ ਲਾਈਟ ਚੱਲਣੀ ਹੈ, ਜਿੱਦਾਂ ਜਨਰੇਟਰ ਵਗੈਰਾ ਹੋਣਗੇ, ਤੇਲ ਦਾ ਪ੍ਰਬੰਧ, ਉਹ ਸਾਰਾ ਸਿਰਫ ਇੱਕ ਦਿਨ ਦਾ ਬਚਿਆ, ਅੱਜ ਦੀ ਰਾਤ ਦਾ, ਸਵੇਰ ਤੱਕ ਉਹ ਵੀ ਖਤਮ ਹੈ। ਮਤਲਬ ਜੇ ਮਰੀਜ਼ ਆਕਸੀਜਨ ਹੋਣਗੇ ਉਹਨਾਂ ਦਾ ਕੀ ਬਣੇਗਾ? ਉੱਪਰੋਂ ਇਹ ਦਾਅਵਾ ਕੀਤਾ, ਇਹ ਦੋਸ਼ ਲਗਾਇਆ ਹਮਾਸ ਵਾਲਿਆਂ ਨੇ ਕਿ ਸਾਡੇ ਉੱਪਰ ਜਿਹੜੀ ਬੰਬਾਰੀ ਕੀਤੀ ਹੈ ਉਹ ਬੰਬ ਉਹ ਨੇ ਜਿਹਦੇ ਵਿੱਚ ਸਾਹ ਘੁੱਟਣ ਦੀ ਸਮੱਸਿਆ ਆਉਣੀ ਹੈ, ਆਕਸੀਜਨ ਦੀ ਅਚਾਨਕ ਕਮੀ ਆਉਣੀ ਹੈ, ਮਤਲਬ ਮੌਤਾਂ ਅਚਾਨਕ ਵੱਧ ਸਕਦੀਆਂ। ਇਸ ਕਰਕੇ ਉਹਨਾਂ ਨੂੰ ਖਾਲੀ ਕਰਨ ਨੂੰ ਕਹਿਤਾ। 2200 ਤੋਂ ਵੱਧ ਲੋਕਾਂ ਦੀ ਹੁਣ ਤੱਕ ਦੋਹੇ ਪਾਸੇ ਮੌਤ ਹੋ ਚੁੱਕੀ ਹੈ। ਘੱਟੋ ਘੱਟ ਇਜ਼ਰਾਈਲ ਤੇ ਜਿਹੜਾ ਜ਼ਬਰਦਸਤ ਹਮਲਾ ਕੀਤਾ ਗਿਆ ਸੀ, 1200 ਲੋਕ ਤਾਂ ਉਹਦੇ ਵਿੱਚ ਹੀ ਮਰ ਗਿਆ ਸੀਗਾ। ਹੁਣ ਪੂਰਾ ਇਲਾਕਾ, ਚਾਹੇ ਉਹ ਵੈਸਟ ਬੈਂਕ ਆ, ਯਰੂਸ਼ਲਮ ਆ, ਚਾਹੇ ਇਜ਼ਰਾਈਲ ਆ, ਚਾਹੇ ਗਾਜ਼ਾ, ਇੱਧਰ ਜਾਰਡਨ ਦੇ ਕੋਲ ਕੁਛ ਇਲਾਕਾ, ਸੀਰੀਆ ਦਾ ਕੁਛ ਇਲਾਕਾ, ਇਹ ਸਾਰਾ ਇਲਾਕਾ ਜਿਹੜਾ ਜਿਹੜਾ ਮਿਸਰ ਦੇ ਅਧੀਨ ਵੀ ਹੈ, 1949 ਦੀ ਗੋਲੀਬਾਜ਼ੀ ਸਰਹੱਦ ਦੇ ਵਿੱਚ ਜਿਹੜਾ ਮੰਨਿਆ ਗਿਆ ਸੀ, ਉਹ ਖਾਲੀ ਕਰਨ ਨੂੰ ਕਹਿ ਦਿੱਤਾ ਗਿਆ। 32 ਗੋਲ ਹੈ, ਹਨੇਰਾ ਹੈ, ਤੇ 13 ਘੰਟੇ ਜੇਕਰ ਹੋਰ 32 ਨਾਲ ਨਿਕਲਦੇ ਆ ਤੇ ਉਸ ਤੋਂ ਬਾਅਦ ਕੀ ਬਣੇਗਾ? ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਹੈ, 80% ਸਕਨੈਪ ਜੀ ਹਮਾਸ ਉਹ ਹੈ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਖਾਣਾ ਨਹੀਂ ਪੱਕਦਾ, ਉਹ ਸਮਾਜ ਸੇਵਾ ਦੇ ਤੌਰ ਤੇ ਜਿਹੜਾ ਖਾਣਾ ਆਉਂਦਾ 80% ਉਹਨਾਂ ਲੋਕਾਂ ਤੱਕ ਪਹੁੰਚਦਾ, ਤੇ ਉਹ ਵੀ ਜੇਕਰ ਬੰਦ ਹੁਣ ਕਰ ਦਿੱਤਾ ਗਿਆ ਤਾਂ ਨੁਕਸਾਨ ਤੁਸੀਂ ਦੇਖ ਲਓ ਕਿੰਨਾ ਹੋ ਸਕਦਾ। ਵੈਸੇ ਦੇਖਦੇ ਹਾਂ ਕਿ ਆਉਂਦੇ ਦਿਨ ਨੂੰ ਅਪਡੇਟ ਕੀ ਰਹਿੰਦੀ ਹੈ। ਹਥਿਆਰ, ਗੋਲਾ, ਬਰੂਦ ਜਿਹੜਾ ਇਜ਼ਰਾਈਲ ਦੇ ਕੋਲ ਖਤਮ ਹੋ ਰਿਹਾ, ਅਮਰੀਕਾ ਵਾਲੇ ਪਾਸੇ ਵੀ ਖਬਰਾਂ ਆ ਰਹੀਆਂ ਸੀ ਕਿ ਉਹਨਾਂ ਦੇ ਕੋਲ ਵੀ ਘਟਦਾ ਪਿਆ। ਕਨੈਪ ਜੀ, ਜਦੋਂ ਵੀ ਕੋਈ ਲੜਾਈ ਲੱਗਦੀ ਹੈ ਨਾ, ਯੁੱਧ ਲੱਗਦਾ, ਉਦੋਂ ਇਹ ਨੀਗਾ ਕਿ ਉੱਥੇ ਲੋਕਾਂ ਲਈ ਖਤਰਾ ਆ, ਉੱਥੇ ਬਹੁਤ ਸਾਰੀਆਂ ਕੰਪਨੀਆਂ ਲਈ ਮੁਨਾਫਾ ਹੁੰਦਾ ਜਿਨ੍ਹਾਂ ਨੇ ਆਪਣਾ ਗੋਲਾ ਬਰੂਦ ਟੈਸਟ ਕਰਨਾ। ਬਹੁਤ ਸਾਰੇ ਸੁਪਰ ਪਾਵਰ ਦੇਸ਼ ਇਸ ਵੇਲੇ ਅਫਗਾਨਿਸਤਾਨ ਵਿੱਚ, ਵੀਅਤਨਾਮ ਤੋਂ ਬਾਅਦ ਇਜ਼ਰਾਈਲ ਦੇ ਵਿੱਚ ਉਹ ਟੈਸਟ ਕਰਨ ਦੀ ਤਿਆਰੀ ਕਰ ਰਹੇ ਹੈ, ਤੇ ਸਮਝੌਤਾ ਕਰਾਉਣ ਲਈ ਕੋਈ ਨਹੀਂ ਅੱਗੇ ਆ ਰਿਹਾ। ਦੇਖਦੇ ਹਾਂ, ਗੋਲਾ ਬਰੂਦ ਤਾਂ ਖਤਮ ਹੋ ਰਿਹਾ, ਲੋਕਾਂ ਦੀ ਮੌਤ, ਆਪਾਂ ਤਾਂ ਕਹਿੰਦੇ ਇੱਥੇ ਭਾਈ ਸਾਰਾ ਕੁਝ ਠੀਕ ਹੋ ਜੇ। ਕੱਲ ਨੂੰ 230 ਭਾਰਤੀਆਂ ਨੂੰ ਵਾਪਸ ਲਿਆਉਣ ਲਈ ਪਹਿਲਾ ਜਹਾਜ਼ ਗਿਆ। 18,000 ਸਾਡਾ ਭਾਰਤੀ ਇਜ਼ਰਾਈਲ ਦੇ ਵਿੱਚ ਹੈ, ਉਹਦੇ ਵਿੱਚੋਂ 6,000 ਨਰਸਾਂ ਸਿਰਫ ਕੇਰਲ ਦੀਆਂ ਹੀ ਆ, ਹੁਣ ਉਹਨਾਂ ਨੂੰ ਵੀ ਬਾਹਰ ਕੱਢਣਾ। ਤੇ ਜੇਕਰ ਥੋੜੀ ਬਹੁਤੀ ਵੀ ਸਕਨੈਪ ਜੀ ਇਹਦੇ ਵਿੱਚ ਕਹਿ ਸਕਦੇ ਆਪਾਂ ਕਮੀ ਰਹਿ ਜਾਂਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ। ਵੈਸੇ ਭਾਰਤੀ ਜਿੰਨੇ ਵੀ ਆ ਬੰਕਰਾਂ ਦੇ ਵਿੱਚ ਆ ਸਾਰੇ ਠੀਕ ਹੈ, ਕਿਉਂਕਿ ਦੇਸ਼ ਦੇ ਜਿਹੜੇ ਮੰਤਰੀ ਨੇ ਐਸ ਜੈਸ਼ੰਕਰ, ਵਿਦੇਸ਼ ਮੰਤਰੀ, ਉਹਨਾਂ ਦੇ ਨਾਲ ਗੱਲ ਹੋ ਚੁੱਕੀ ਹੈ, ਤੇ ਕੱਲ ਨੂੰ 230 ਲੋਕਾਂ ਨੂੰ ਲੈ ਕੇ ਇੱਕ ਜਹਾਜ਼ ਵਾਪਸ ਕੱਲ ਨੂੰ ਪਰਤੇਗਾ। ਆਸਟ੍ਰੇਲੀਆ ਨੇ ਵੀ, ਯੂਕੇ ਨੇ ਵੀ ਆਪਣੇ ਲੋਕਾਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਕਰ ਦਿੱਤਾ ਜੀ। ਸਿੱਕਮ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੁੜ ਕਰਵਾਉਣ ਦੀ ਪਟੀਸ਼ਨ ਰੱਦ ਕਰਤੀ ਜੀ, ਮਸਲਾ ਕੀ ਬਣ ਗਿਆ? ਇਸ ਕਨੈਪ ਜੀ ਪੁਰਾਣਾ ਮਸਲਾ ਜਿਹੜਾ ਇੱਕ ਵਾਰ ਫਿਰ ਤੋਂ ਉੱਠਦਾ ਦਿਖਾਈ ਦੇ ਰਿਹਾ। ਦਰਅਸਲ ਸਿੱਕਮ ਦੇ ਵਿੱਚ ਇਹ ਜਿਹੜਾ ਗੁਰਦੁਆਰਾ ਸਾਹਿਬ ਸੀ, ਉੱਥੇ ਪ੍ਰਕਾਸ਼ ਹੋਇਆ ਕਰਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰ ਇੱਕ ਸਮਾਂ ਆਇਆ ਕਿ ਉੱਥੇ ਇਹ ਸਾਰਾ ਕੁਛ ਬੰਦ ਕਰ ਦਿੱਤਾ ਗਿਆ, ਕਿਉਂਕਿ ਇਹ ਦੋਸ਼ ਲੱਗਦੇ ਪਏ ਸੀਗੇ ਕਿ ਉੱਥੇ ਸਹੀ ਤਰੀਕੇ ਦੇ ਨਾਲ ਪ੍ਰਕਾਸ਼ ਨਹੀਂ ਕੀਤਾ ਜਾ ਰਿਹਾ। ਦੂਸਰਾ ਦੋਸ਼ ਲੱਗਦਾ ਸੀ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਸਹੀ ਤਰੀਕੇ ਨਾਲ ਉੱਥੇ ਸੇਵਾ ਨਹੀਂ ਨਿਭਾ ਰਹੇ। ਦਰਅਸਲ 2017 ਦੇ ਦੌਰਾਨ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਟਾਏ ਗਏ ਸੀ ਤੇ ਹੋਰ ਵਸਤਾਂ ਜਿਹੜੀਆਂ ਸੀ ਉਹਨਾਂ ਦੀ ਬਹਾਲੀ ਦੀ ਮੰਗ ਕੀਤੀ ਗਈ ਸੀਗੀ।
ਜੀ ਉਸ ਵੇਲੇ ਦੋਸ਼ ਸਭ ਤੋਂ ਵੱਡਾ ਇਹ ਵੀ ਲੱਗਾ ਸੀ ਕਿ ਕੁਛ ਕੁ ਚੀਜ਼ਾਂ ਫੌਜ ਆਪਣੇ ਨਾਲ ਲੈ ਗਈ ਹੈ ਤੇ ਕੁਛ ਕੁ ਚੀਜ਼ਾਂ ਉੱਥੇ ਨੇ, ਉਹਨਾਂ ਦੀ ਜਾਂਚ ਕਰਨ ਨੂੰ ਕਿਹਾ ਗਿਆ ਸੀ। ਜਸਟਿਸ ਮੀਨਾਕਸ਼ੀ ਮਦਨ ਰਾਏ ਨੇ ਕਿਹਾ ਕਿ ਇਸ ਕੇਸ ਨੇ ਤੱਥਾਂ ਤੇ ਕਾਨੂੰਨ ਬਾਰੇ ਬਹੁ ਪੱਖੀ ਸਵਾਲ ਖੜੇ ਕੀਤੇ ਆ, ਜਿਨ੍ਹਾਂ ਦੇ ਕਰਕੇ ਸਿਵਲ ਅਦਾਲਤ ਵਿੱਚ ਜਾਂਚ ਦੀ ਲੋੜ ਹੈ। ਤੇ ਇਸੇ ਤਰ੍ਹਾਂ ਸੰਵਿਧਾਨ ਦੀ ਧਾਰਾ 226 ਹੇਠ ਇਸ ਕੇਸ ਦਾ ਹੱਲ ਨਹੀਂ ਹੋ ਸਕਦਾ। ਅਦਾਲਤ ਨੇ ਕਿਹਾ ਕਿ 16 ਅਗਸਤ 2017 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਹਟਾਉਣ ਬਾਰੇ ਵਿਵਾਦ ਹੈ, ਇਹਨਾਂ ਨੂੰ ਫੌਜ ਵੱਲੋਂ ਨਾਗਰਿਕਾਂ ਨੂੰ ਸੌਂਪੇ ਅਤੇ ਕਬਜ਼ੇ ਵਿੱਚ ਲਏ ਜਾਣ ਵਾਲੇ ਵਿਵਾਦ ਹੈ। ਇਹਨੂੰ ਹਟਾਉਣ ਦਾ ਤਰੀਕਾ ਵੀ ਗਲਤ ਸੀਗਾ, ਇਹ ਵੀ ਇੱਕ ਵਿਵਾਦਿਤ ਤਰੀਕਾ ਸੀ, ਤੇ ਧਾਰਮਿਕ ਸ਼ਖਸੀਅਤਾਂ ਦੀ ਹਸਤੀ ਵੀ ਉਸ ਵੇਲੇ ਦੀ ਵਿਵਾਦਾਂ ਦੇ ਘੇਰੇ ਵਿੱਚ ਹੈ। ਇਸ ਕਰਕੇ ਇੰਨੀ ਜਲਦੀ ਇਹ ਤੇ ਕੋਈ ਫੈਸਲਾ ਸਨੈਪ ਜੀ ਨਹੀਂ ਲਿਆ ਜਾ ਸਕਦਾ, ਇਸ ਲਈ ਉਹਨਾਂ ਨੇ ਸਾਰੀ ਕਾਰਵਾਈ ਨੂੰ ਉੱਥੇ ਰੋਕ ਦਿੱਤਾ ਤੇ ਇਹ ਵੀ ਕਹਿਤਾ ਅਜੇ ਤੱਕ ਉੱਥੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਮੁੜ ਕੇ ਅਦਾਲਤ ਫੈਸਲਾ ਕੋਈ ਨਹੀਂ ਲੈਂਦੀ। ਪਟੀਸ਼ਨ ਜੀ ਪਾਈ ਗਈ ਸੀ, ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ। ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਦੇ ਵਿੱਚ ਵੀ ਹੈ, ਮਾਮਲਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਦੇ ਵਿੱਚ ਵੀ ਹੈ, ਪਰ ਇਸ ਕੇਸ ਵਿੱਚ ਸਿੱਕਮ ਦੇ ਚੁੰਗਥਾਂਗ ਵਿੱਚ ਸਥਿਤ ਜੋ ਗੁਰਦੁਆਰਾ ਸਾਹਿਬ ਹੈ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੇਤ ਪਵਿੱਤਰ ਧਾਰਮਿਕ ਵਸਤੂਆਂ ਨੂੰ ਕਥਿਤ ਤੌਰ ਤੇ ਹਟਾਉਣ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਹਨੂੰ ਲੈ ਕੇ ਅਜੇ ਤੱਕ ਰੋਕ ਲੱਗੀ ਹੋਈ ਹੈ। ਮਾਮਲਾ ਗੰਭੀਰ ਹੈ, ਮੁੱਦਾ ਧਾਰਮਿਕ ਹੈ, ਪਰ ਇੰਨਾ ਜ਼ਰੂਰ ਹੈ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੇ ਉੱਥੇ ਸਿੱਖ ਪਰਿਵਾਰ ਜਿਹੜੇ ਨੇ ਜ਼ੋਰ ਲਗਾ ਕੇ ਲੜ ਰਹੇ ਨੇ। ਨਵਜੀਤ ਜੀ, ਮੌਸਮ ਕਿਵੇਂ ਆ ਤੁਹਾਡੇ ਇਲਾਕੇ ਦੇ ਵਿੱਚ? ਕਹਿੰਦੇ ਬੜੀ ਅਚਨਚੇਤ ਬਦਲਾਅ ਆ ਗਿਆ ਸੀ, ਸਥਿਤੀ ਬਦਲ ਗਈ ਸੀ। ਬਿਲਕੁਲ ਸੁਖਨੈਬ ਜੀ, 2 ਦਿਨ ਪਹਿਲਾਂ ਅਚਾਨਕ ਜਿਹੜਾ ਮੀਂਹ ਪਿਆ, ਹਨੇਰੀ ਹੈ, ਉਹਦੇ ਨਾਲ ਮੌਸਮ ਬਹੁਤ ਬਦਲਿਆ। ਤੁਸੀਂ ਦੇਖੋ ਗੁਰਦਾਸਪੁਰ ਦੇ ਵਿੱਚ ਭਾਰੀ ਮੀਂਹ ਪਿਆ, ਹਨੇਰੀ ਚ ਖੜਾਇਆ, ਦਸੂਹਾ ਮਕੇਰੀਆਂ ਪਠਾਨਕੋਟ ਤੋਂ ਹੁੰਦੇ ਹੋਏ ਇੱਧਰ ਦੁਆਬਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਜਾਂ ਲੁਧਿਆਣੇ ਤੱਕ ਵੀ ਮਾਰ ਪਈ ਹੈ, ਪਰ ਲੁਧਿਆਣੇ ਚ ਇੰਨਾ ਨੀ, ਲੁਧਿਆਣੇ ਚ ਕੱਲਾ ਮੀਂਹ ਪਿਆ। ਮੈਂ ਸੁਖਨੈਬ ਜੀ ਇੱਕ ਚੀਜ਼ ਹੋਰ ਦੇਖਦਾ ਸੀ, ਇਹ ਜਿਸ ਦਿਨ ਤੇਜ਼ ਮੀਂਹ ਤੇ ਹਨੇਰੀ ਚ ਖੜਾਇਆ ਨਾ, ਉਸ ਦਿਨ ਅਫਗਾਨਿਸਤਾਨ ਦੇ ਵਿੱਚ ਭੂਚਾਲ ਆਇਆ ਜੀ, ਤੇਜ਼ ਭੂਚਾਲ ਕਰਕੇ 6.5 ਦੀ ਤੀਬਰਤਾ ਸੀ ਤੇ ਅਫਗਾਨਿਸਤਾਨ ਦੇ ਵਿੱਚ 2200 ਲੋਕਾਂ ਦੀ ਮੌਤ ਹੋਈ। ਮੈਂ ਇਹ ਗੱਲ ਕਿਉਂ ਨਾਲ ਜੋੜ ਕੇ ਦੇਖ ਰਿਹਾ, ਕਿਉਂਕਿ ਜਿਸ ਦਿਨ ਪੰਜਾਬ ਦੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਉਸ ਦਿਨ ਜਿਹੜਾ ਨੇਪਾਲ ਦੇ ਵਿੱਚ ਵੀ ਬਾਰਡਰ ਏਰੀਏ ਤੇ ਭੂਚਾਲ ਆਇਆ, ਉਸ ਦਿਨ ਜਾਪਾਨ ਦੇ ਵਿੱਚ ਵੀ ਇਸ ਤਰ੍ਹਾਂ ਭੂਚਾਲ ਆਇਆ, ਤੇ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਤੂਫਾਨ ਵੀ ਉੱਠਿਆ। ਮਤਲਬ ਕਿ ਕਿਤੇ ਨਾ ਕਿਤੇ ਕੁਦਰਤ ਕਹਿ ਸਕਦੇ ਹਾਂ ਕਿ ਇਸ ਵੇਲੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਚੁੱਕੀ ਹੈ, ਇਹ ਸੰਕੇਤ ਨੇ ਮਨੁੱਖਤਾ ਲਈ। ਮੈਂ ਫਿਰ ਕਹਿੰਦਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਇਸ ਵੇਲੇ ਪੰਜਾਬ ਦੇ ਵਿੱਚ ਅਚਾਨਕ ਮੌਸਮ ਨੂੰ ਲੈ ਕੇ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ, ਕੁਦਰਤ ਦੇ ਸੰਕੇਤ ਨੇ ਸੁਣਿਆ ਜੀ, ਇੱਕ ਹੈਰਾਨੀ ਦੀ ਗੱਲ ਹੈ ਜਿਹੜੀ ਮੈਨੂੰ ਵੀ ਕੁਛ ਸਮਾਂ ਪਹਿਲਾਂ ਪਤਾ ਲੱਗੀ ਹੈ। ਜੇ ਜਿਹੜਾ ਸਾਡਾ ਹਿਮਾਲਿਆ ਪਰਬਤ ਆ ਨਾ, ਉਹ ਹੌਲੀ ਹੌਲੀ ਕਰਕੇ ਚੀਨ ਵੱਲ ਖਿਸਕਦਾ ਜਾ ਰਿਹਾ, ਤੇ ਜਦੋਂ ਅਚਾਨਕ ਟਿਟੇਨੀਅਮ ਪਲੇਟਾਂ ਨੇ ਖਿਸਕਣਾ ਜਾਂ ਹਿੱਲਣਾ, ਤਾਂ ਹੋ ਸਕਦਾ ਕਿ ਇੱਕ ਬਹੁਤ ਵੱਡਾ ਹਿੱਸਾ ਹੀ ਉਧਰਲੇ ਪਾਸੇ ਨੂੰ ਚੱਲ ਜਾਵੇ। ਸਾਲਾਂ ਦੇ ਸਾਲ ਹਿਮਾਲਿਆ ਪਰਬਤ ਹੌਲੀ ਹੌਲੀ ਤੁਰਦਾ ਪਿਆ, ਤੇ ਇਹ ਤੋਰ ਜਿਹੜੀ ਹੈ ਚੀਨ ਵੱਲੋਂ ਜਾਂਦੀ ਪਈ ਹੈ, ਇਹਦੇ ਕਰਕੇ ਵੀ ਅਚਾਨਕ ਮੌਸਮ ਦੇ ਵਿੱਚ ਤਬਦੀਲੀਆਂ ਆਉਣੀਆਂ। ਤੇ ਉਸ ਤੋਂ ਬਾਅਦ ਵੱਡੀ ਗੱਲ ਜਿਹੜੀ ਹੈ, ਅੰਟਾਰਕਟਿਕ ਮਹਾਸਾਗਰ, ਗਲੇਸ਼ੀਅਰ, ਇਹ ਜਿਹੜੇ ਆ ਖੁਰਨੇ ਸ਼ੁਰੂ ਹੋ ਚੁੱਕੇ। ਗਲੇਸ਼ੀਅਰ ਦਾ ਖੁਰਨਾ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ, ਪਾਣੀ ਪਾਣੀ ਹੋ ਜਾਣਾ ਸਾਰੇ ਪਾਸੇ। ਤੇ ਇੱਕ ਚਲੋ ਹੁਣ ਗੱਲ ਤਾਂ ਚੱਲੀ ਹੈ, ਹੈਗੀ ਹੈ ਭੂਗੋਲਿਕ ਹੈ, ਧਰਤੀ ਜਿਹੜੀ ਟਿਲਟ ਹੈ 23% ਹੈ, ਤੇ ਹੌਲੀ ਹੌਲੀ ਇਹ ਵੀ ਨੌਰਥ ਪੋਲ ਸਿੱਧਾ ਹੋ ਰਿਹਾ, ਜਿਹਦੇ ਕਰਕੇ ਅੱਜ ਤੋਂ 5,250 ਸਾਲ, 20,000, ਜਿੰਨੇ ਮਰਜ਼ੀ ਸਾਲ ਸਾਨੂੰ ਨਹੀਂ ਪਤਾ, ਪਰ ਨੌਰਥ ਪੋਲ ਬਿਲਕੁਲ ਸਿੱਧਾ ਹੋ ਜਾਏਗਾ ਇੱਕ ਦਿਨ, ਜਿਹਦੇ ਕਰਕੇ ਧਰਤੀ ਤੇ ਬਹੁਤ ਵੱਡੀਆਂ ਸਮੱਸਿਆਵਾਂ ਲੋਕਾਂ ਨੂੰ ਆਉਣਗੀਆਂ। ਜੀ ਬਹੁਤ ਧੰਨਵਾਦ ਨਵਜੀਤ ਜੀ, ਬਹੁਤ ਮਿਹਰਬਾਨੀ, ਤੁਸੀਂ ਸ਼ਾਮਿਲ ਹੋਏ ਹੋ ਸਾਂਝ ਪਾਈ, ਬਹੁਤ ਸ਼ੁਕਰੀਆ ਸੁਨੈਪ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਨਵਜੀਤ ਸਿੰਘ ਹੋਰਾਂ ਦੇ ਨਾਲ ਆਪਾਂ ਜੁੜੇ ਸੀਗੇ ਜੀ, ਗੱਲਬਾਤ ਦਾ ਸਿਲਸਿਲਾ ਸੀਗਾ ਜਿਹੜਾ ਉਹ ਤੁਹਾਡੇ ਨਾਲ ਆਪਾਂ ਸਾਂਝਾ ਕੀਤਾ, ਅਤੇ ਹੁਣ ਨੰਬਰ ਸਾਂਝਾ ਕਰਦੀ 815-557-5991 ਦੇ ਉੱਤੇ, ਦਰਸ਼ਨ ਬਸਰਾਓ ਦੇ ਨਾਲ ਤੁਸੀਂ ਤਾਲਮੇਲ ਕਾਇਮ ਕਰ ਸਕਦੇ ਹੋ, ਅਤੇ ਜਾਂ ਫਿਰ 219-670-4549 ਦੇ ਉੱਤੇ ਸਰਵਨ ਸਿੰਘ ਟਵਾਣਾ ਸਾਹਿਬ ਦੇ ਨਾਲ ਵੀ ਜੁੜ ਸਕਦੇ ਹੋ। ਅਸੀਂ ਫਿਰ ਮਿਲਦੇ ਹਾਂ, ਰੱਬ ਰਾਖਾ, ਇਨਸਾਨੀਅਤ ਜ਼ਿੰਦਾਬਾਦ।